ਅੱਜ ਦਾ ਜੋ ਸ਼ਹਿਰੀਕਰਨ ਆ ਇਹ ਨੈਟਵਰਕਿੰਗ ਤੇ ਆਧਾਰਿਤ ਹੋ ਗਿਆ। ਆਪਾਂ ਇੰਨੇ ਜ਼ਿਆਦਾ ਨੈਟਵਰਕ, ਜਿਸ ਬੰਦੇ ਨੂੰ ਨੈਟਵਰਕ ਕ੍ਰੀਏਟ ਕਰਨ ਆਉਂਦਾ ਤੇ ਉਸ ਦੀ ਗਰੋਥ ਦੀ ਓਪਰਚੁਨਿਟੀ ਬਹੁਤ ਜ਼ਿਆਦਾ। ਬੰਦਾ ਬਾਹਰ ਮਿਲਦਾ ਜੁਲਦਾ ਬਹੁਤ ਜ਼ਿਆਦਾ ਨਹੀਂ ਹੈਗਾ, ਥੋੜ੍ਹਾ ਇਕੱਲਾ ਬਹਿਣਾ ਪਸੰਦ ਕਰਦਾ ਹੈ, ਆਪਣੇ ਆਪ 'ਚ ਸੋਚ ਵਿਚਾਰ ਕਰਨਾ ਪਸੰਦ ਕਰਦਾ ਹੈ, ਘੱਟ ਗੱਲ ਕਰਦਾ ਹੈ, ਹੈ ਨਾ, ਵੱਧ ਕੇ ਮੂਹਰੇ ਜੇ ਨਹੀਂ ਆ ਕੇ ਗੱਲ ਕਰਦਾ, ਉਹਨੂੰ ਐਜ਼ ਆ ਨਾ ਕਮੀ ਗਿਣਿਆ ਜਾਂਦਾ ਹੈ। ਐਕਸਟ੍ਰੋਵਰਟ ਕਦੀ ਵੀ ਇਕੱਲਾ ਹੋਵੇ ਉਹ ਹਮੇਸ਼ਾ ਚੱਕੂਗਾ, ਫਟਾਫਟ ਮੈਂ ਕਿਸੇ ਨੂੰ ਫੋਨ ਹੀ ਕਰ ਲਾ, ਬਹਾਨਾ ਜਿਹਾ ਹੀ ਲੱਭੂਗਾ ਤੇ ਕਿਸੇ ਦੇ ਘਰੇ ਚਲੇ ਜਾਂ ਕਿਸੇ ਨੂੰ ਮਿਲਣਾ, ਉਹਨੂੰ ਨਾ ਇਕੱਲਾਪਨ ਖਾਂਦਾ। ਤੇ ਆਪਾਂ ਅੱਜ ਨਾ ਚਾਰ ਚੀਜ਼ਾਂ ਡਿਸਕਸ ਕਰਾਂਗੇ ਜਿਹੜੇ ਕਿ ਇੰਟਰੋਵਰਟ ਦੀਆਂ ਸਟਰੈਂਥਸ ਹੁੰਦੀਆਂ ਨੇ ਬਹੁਤ ਜ਼ਬਰਦਸਤ, ਜੋ ਕਿ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਨੇ। ਹਾਂਜੀ ਮੋਨਜੀਤ, ਗੁੱਡ ਈਵਨਿੰਗ। ਗੁੱਡ ਈਵਨਿੰਗ ਜੀ, ਹੋਰ ਜੀ ਠੀਕ ਠਾਕ? ਅੱਜ ਆਪਾਂ ਫੇਰ ਦੁਨੇ ਹੈਗੇ ਆ ਤੇ ਆਪਾਂ ਆਪਣੇ ਮਤਲਬ ਦਾ ਸਬਜੈਕਟ ਡਿਸਕਸ ਕਰਨ ਵਾਲੇ ਆ। ਆਪਾਂ ਕਰਨ ਵਾਲੇ ਆ ਡਿਸਕਸ ਇੰਟਰੋਵਰਟ ਨੂੰ। ਆਪਾਂ ਪਹਿਲਾਂ ਵੀ ਆਪਣੀ ਜਿਹੜੀ ਸਾਈਕੋਲੋਜੀ ਦੀ ਸੀਰੀਜ਼ ਕੀਤੀ ਸੀ ਉਹਦੇ 'ਚ ਡਿਟੇਲ ਨਾਲ ਐਕਸਪਲੇਨ ਕੀਤਾ ਹੋਇਆ ਵੈਸੇ ਕਿ ਇੰਟਰੋਵਰਟ ਕੀ ਹੁੰਦਾ ਹੈ, ਅੰਦਰਮੁਖੀ ਪਰਸਨੈਲਿਟੀ ਆਪਾਂ ਜਿਹਨੂੰ ਕਹਿੰਦੇ ਹਾਂ, ਅੰਦਰਮੁਖੀ ਪਰਸਨੈਲਿਟੀ ਕੀ ਹੁੰਦੀ ਹੈ, ਉਹਦੇ ਬਾਰੇ ਥੋੜ੍ਹਾ ਆਪਾਂ ਹੋਰ ਗੱਲਬਾਤ ਕਰਨ ਵਾਲੇ ਹਾਂ। ਕਿ ਪਹਿਲਾਂ ਤਾਂ ਆਪਾਂ ਇਹ ਥੋੜ੍ਹਾ ਰਿਫਰੈਸ਼ ਕਰ ਲਈਏ ਨਾ ਕਿ ਇੰਟਰੋਵਰਟ ਪਰਸਨੈਲਿਟੀ ਅੰਦਰਮੁਖੀ ਪਰਸਨੈਲਿਟੀ ਹੁੰਦੀ ਕੀ ਹੈ। ਅਤੇ ਜਿਨ੍ਹਾਂ ਨੇ ਸਾਡੀਆਂ ਵੀਡੀਓਜ਼ ਦੇਖੀਆਂ ਹੋਣਗੀਆਂ, ਸਾਈਕੋਲੋਜੀ ਦੀਆਂ ਆਪਣੀਆਂ ਦੇਖੀਆਂ ਹੋਣਗੀਆਂ, ਉਹਨਾਂ ਨੂੰ ਤਾਂ ਬਹੁਤ ਚੰਗੇ ਤਰੀਕੇ ਨਾਲ ਪਤਾ ਹੋਊਗਾ। ਪਰ ਜੇ ਕਿ ਪਹਿਲੀ ਵਾਰ ਦੇਖ ਰਿਹਾ ਤਾਂ ਬੇਸਿਕਲੀ ਜਿਹੜੀ ਇੰਟਰੋਵਰਟ ਪਰਸਨੈਲਿਟੀਜ਼ ਹੁੰਦੀਆਂ ਨੇ ਉਹਦਾ ਮਤਲਬ ਇਹ ਹੋਇਆ ਕਿ ਜਿਹੜਾ ਬੰਦਾ ਆਪਣੀ ਐਨਰਜੀ ਅੰਦਰੋਂ ਲੈਂਦਾ, ਬਾਹਰੋਂ ਨਹੀਂ ਲੈਂਦਾ, ਹੈ ਨਾ, ਕਿ ਉਹ ਬਹੁਤ ਜ਼ਿਆਦਾ ਜਿਵੇਂ ਉਹਨੂੰ ਬਾਹਰਲੇ ਸਮਾਜ ਦੇ ਨਾਲ ਕੰਟੈਕਟ ਕਰਨਾ ਪੈਂਦਾ ਜਾਂ ਵਿਚਰਨਾ ਪੈਂਦਾ ਬਾਹਰ ਲੋਕਾਂ ਦੇ ਨਾਲ, ਉਹਨੂੰ ਉਹ ਕੁਛ ਟਾਈਮ ਬਾਅਦ ਨਾ ਬੋਦਰੇਸ਼ਨ ਲੱਗਦੀ, ਉਹਨੂੰ ਲੱਗਦਾ ਉਹਦੀ ਐਨਰਜੀ ਖਤਮ ਹੋ ਰਹੀ ਹੈ, ਤਾਂ ਉਹਨੂੰ ਰੀਚਾਰਜ ਕਰਨ ਵਾਸਤੇ ਇਕੱਲਾ ਬਹਿਣਾ ਪੈਂਦਾ ਹੈ ਜਾਂ ਆਪਣੇ ਅੰਦਰ ਸੋਚਣਾ ਪੈਂਦਾ ਹੈ। ਤਾਂ ਇਸ ਟਾਈਪ ਦੀ ਪਰਸਨੈਲਿਟੀ ਜਿਹੜੀ ਕਿ ਆਪਣੀ ਐਨਰਜੀ ਅੰਦਰੋਂ ਡਰਾਈਵ ਕਰਦੇ ਹੋਣ, ਆਪਣੇ ਸੋਚ ਵਿਚਾਰ ਤੋਂ ਡਰਾਈਵ ਕਰਦੇ ਹੋਣ, ਉਹਨੂੰ ਆਪਾਂ ਇੰਟਰੋਵਰਟ ਪਰਸਨੈਲਿਟੀਜ਼ ਕਹਿੰਦੇ ਹਾਂ, ਹੈ ਨਾ। ਅਤੇ ਆਪਾਂ ਆਪਣੀ ਪਰਸਨੈਲਿਟੀ ਐਨਾਲਿਸਿਸ ਕੀਤਾ ਹੋਇਆ, ਤੂੰ ਅਤੇ ਮੈਂ ਆਪਾਂ ਦੋਵੇਂ ਇੰਟਰੋਵਰਟ ਪਰਸਨੈਲਿਟੀ ਟਾਈਪ ਹੈਗੇ ਹਾਂ, ਅਤੇ ਜਿਹੜੇ ਆਪਣੇ ਤੀਸਰੇ ਪਾਰਟਨਰ ਨੇ ਸ਼ਮੀ ਦੀਦੀ ਉਹ ਐਕਸਟ੍ਰੋਵਰਟ ਪਰਸਨੈਲਿਟੀ ਟਾਈਪ ਨੇ। ਅਤੇ ਅੱਜ ਆਪਾਂ ਦੋਨੇ ਇਕੱਲੇ ਹਾਂ ਤਾਂ ਮੈਂ ਸੋਚਿਆ ਆਪਾਂ ਇੰਟਰੋਵਰਟ ਦੇ ਬਾਰੇ ਥੋੜ੍ਹਾ ਹੋਰ ਵਿਸਤਾਰ 'ਚ ਗੱਲ ਕਰੀਏ। ਇਹਦੇ 'ਚ ਨਾ ਇੱਕ ਪ੍ਰੋਬਲਮ ਤੁਸੀਂ ਕਹਿ ਸਕਦੇ ਹੋ ਅੱਜ ਕੱਲ੍ਹ ਦੇ ਸਮਾਜ ਦੀ ਇਹ ਹੈ ਕਿ ਜਿਹੜੇ ਇੰਟਰੋਵਰਟ ਲੋਕ ਹੁੰਦੇ ਨੇ ਨਾ, ਉਹਨਾਂ ਨੂੰ ਉਹਨਾਂ ਦੀ ਨਾ ਕਮੀ ਮੰਨੀ ਜਾਂਦੀ ਹੈ। ਇਹ ਕੋਈ ਵੀ ਤੁਸੀਂ ਕਹਿ ਲਓ, ਭਾਵਾਂ ਦੀ ਬਾਹਰ ਕਾਰਪੋਰੇਟ ਦਾ ਵਰਡ ਹੋਵੇ, ਜਿਵੇਂ ਮੈਂ ਕੰਮ ਕਰਦੀ ਹਾਂ ਕਾਰਪੋਰੇਟ ਦੇ ਵਿੱਚ, ਜਾਂ ਆਪਾਂ ਨੋਰਮਲ ਸਮਾਜ ਦੇ ਵਿੱਚ ਵਿਚਰਦੇ ਹਾਂ, ਤਾਂ ਜਿਹੜਾ ਬੰਦਾ ਬਾਹਰ ਮਿਲਦਾ ਜੁਲਦਾ ਬਹੁਤ ਜ਼ਿਆਦਾ ਨਹੀਂ ਹੈਗਾ, ਥੋੜ੍ਹਾ ਇਕੱਲਾ ਬਹਿਣਾ ਪਸੰਦ ਕਰਦਾ ਹੈ, ਆਪਣੇ ਆਪ 'ਚ ਸੋਚ ਵਿਚਾਰ ਕਰਨਾ ਪਸੰਦ ਕਰਦਾ ਹੈ, ਘੱਟ ਗੱਲ ਕਰਦਾ ਹੈ, ਹੈ ਨਾ, ਵੱਧ ਕੇ ਮੂਹਰੇ ਜੇ ਨਹੀਂ ਆ ਕੇ ਗੱਲ ਕਰਦਾ, ਉਹਨੂੰ ਐਜ਼ ਆ ਨਾ ਕਮੀ ਗਿਣਿਆ ਜਾਂਦਾ ਹੈ। ਬੱਚਿਆਂ ਨੂੰ ਵੀ ਸਿਖਾਇਆ ਜਾਂਦਾ ਵੀ ਤੁਸੀਂ ਬੋਲਣਾ ਸਿੱਖੋ, ਸਟੇਜ 'ਤੇ ਚੜ੍ਹ ਕੇ ਬੋਲਣਾ ਸਿੱਖੋ, ਸ਼ਰਮਾਓ ਨਾ, ਹੈ ਨਾ, ਵੀ ਜਿੰਨਾ ਬੰਦਾ ਸ਼ਰਮਾਕਲ ਜਿਹਾ ਹੁੰਦਾ ਉਹਨੂੰ ਕਮਜ਼ੋਰੀ ਮੰਨਿਆ ਜਾਂਦਾ ਉਹਦੀ, ਕਿ ਇਹ ਬੰਦੇ ਦੀ ਘਾਟ ਹੈ, ਅਤੇ ਉਹਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਇੱਕ ਐਕਸਟ੍ਰੋਵਰਟ ਬਣਨ ਲਈ, ਵੀ ਤੁਸੀਂ ਸਿੱਖੋ ਕਿ ਬਾਹਰ ਬੋਲਣਾ ਕਿਵੇਂ ਹੈ, ਹੈ ਨਾ, ਉਹਦੀ ਕਿੰਨੀਆਂ ਕਿਤਾਬਾਂ ਲੋਕ ਲਿਖਦੇ ਨੇ, ਕਿੰਨੀਆਂ ਟ੍ਰੇਨਿੰਗਾਂ ਹੁੰਦੀਆਂ ਨੇ ਇਸ ਚੀਜ਼ ਦੇ ਉੱਤੇ, ਵੀ ਤੁਸੀਂ ਬੋਲਣਾ ਕਿਵੇਂ ਹੈ, ਬਾਹਰ ਗੱਲ ਕਿਵੇਂ ਕਰਨੀ ਹੈ, ਨਾ, ਵੀ ਧੱਕੇ ਨਾਲ ਜਾ ਕੇ ਵਿਚਰੋ ਬਾਹਰ ਲੋਕਾਂ ਦੇ ਨਾਲ। ਤਾਂ ਆਪਾਂ ਥੋੜ੍ਹਾ ਜਿਹਾ ਤਾਂ ਅਲੱਗ ਸਟੈਂਡ ਲਿਆ, ਆਪਾਂ ਆਪਣੀ ਸੀਰੀਜ਼ 'ਚ ਵੀ ਦੱਸਿਆ ਕਿ ਇੰਟਰੋਵਰਟ ਹੋਣਾ ਕੋਈ ਬਿਮਾਰੀ ਨਹੀਂ ਹੈਗੀ, ਇਹ ਪਰਸਨੈਲਿਟੀ ਟਾਈਪ ਹੈ। ਅਤੇ
ਅੱਜ ਜੋ ਆਪਾਂ ਡਿਸਕਸ ਕਰਨ ਵਾਲੇ ਆ ਨਾ, ਉਹ ਆਪਾਂ ਡਿਸਕਸ ਕਰਨ ਵਾਲੇ ਆ ਇੰਟਰੋਵਰਟ ਪਰਸਨੈਲਿਟੀਜ਼ ਦੀਆਂ ਪਾਵਰਸ ਕੀ ਹੁੰਦੀਆਂ ਨੇ, ਸ਼ਕਤੀਆਂ ਕੀ ਹੁੰਦੀਆਂ ਨੇ। ਮੋਸਟਲੀ ਇਹਨੂੰ ਥੋੜ੍ਹਾ ਕਮੀ ਗਿਣਿਆ ਜਾਂਦਾ ਹੈ, ਪਰ ਅੱਜ ਆਪਾਂ ਦੱਸਣ ਵਾਲੇ ਹਾਂ ਕਿ ਇਹ ਕਮੀ ਨਹੀਂ, ਇਹ ਰਾਦਰ ਤੁਹਾਡੀ ਪਾਵਰ ਹੈ, ਤੁਹਾਡੀ ਸ਼ਕਤੀ ਹੈ। ਅਤੇ ਇਹਨੇ ਰੈਫਰੈਂਸ ਦੇ ਵਿੱਚ ਇੱਕ ਬੁੱਕ ਹੈਗੀ ਹੈ ਜਿਹੜੀ ਕਿ ਰਾਈਟਰ ਸੂਜ਼ਨ ਕੈਨ ਨੇ ਲਿਖੀ ਹੈ, ਉਹਦਾ ਨਾਮ ਹੈ ਕੁਆਈਟ। ਹਾਂ, ਕੁਆਈਟ ਮਤਲਬ ਚੁੱਪਚਾਪ ਬੇਸਿਕਲੀ। ਅਤੇ ਬਹੁਤ ਸੋਹਣੀ ਬੁੱਕ ਹੈ, ਅਤੇ ਉਹਦੇ 'ਚ ਉਹਨੇ ਐਕਸਪਲੇਨ ਕੀਤਾ ਹੋਇਆ ਰਾਈਟਰ ਨੇ ਵੀ ਜਿਹੜੀ ਇੰਟਰੋਵਰਟ ਪਰਸਨੈਲਿਟੀਜ਼ ਹੁੰਦੀਆਂ ਨੇ ਉਹਨਾਂ ਦੇ ਕੀ ਪੋਜ਼ਿਟਿਵ ਪੁਆਇੰਟਸ ਕੀ ਹੁੰਦੇ ਨੇ ਉਹਨਾਂ ਦੇ, ਉਹਦੇ 'ਤੇ ਹੀ ਆਪਾਂ ਥੋੜ੍ਹੀ ਗੱਲ ਵਿਚਾਰ ਕਰਨ ਵਾਲੇ ਹਾਂ। ਹੈ ਨਾ, ਮੈਂ ਵੀ ਇਹ ਬੁੱਕ ਬਾਰੇ ਸੁਣਿਆ ਇੱਕ ਟੈਡ ਟੋਕ 'ਚ, ਅਤੇ ਬਹੁਤ ਪਾਵਰਫੁਲ ਟੈਡ ਟੋਕ ਸੀਗੀ ਇੱਕ ਇੰਟਰੋਵਰਟ ਵੱਲੋਂ, ਜਦਕਿ ਉਹ ਕਹਿ ਰਹੀ ਸੀਗੀ ਕਿ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਕਿ ਸਾਨੂੰ ਪਬਲਿਕ ਸਪੀਕਿੰਗ, ਪਰ ਇੰਟਰੋਵਰਟ ਕਰ ਸਕਦਾ, ਇਹ ਨਹੀਂ ਹੈਗਾ ਕਿ ਨਹੀਂ ਕਰ ਸਕਦਾ, ਪਰ ਉਹ ਕੰਫਰਟੇਬਲ ਨਹੀਂ ਹੁੰਦਾ ਇਹ ਸਾਰੀ ਚੀਜ਼ਾਂ, ਸਿੱਖ ਸਕਦਾ ਪਰ ਉਹ ਕੰਫਰਟੇਬਲ ਨਹੀਂ ਹੁੰਦਾ। ਪਰ ਉਸ ਟੈਡ ਟੋਕ 'ਚ ਉਹਨੇ ਬਹੁਤ ਅੱਛਾ ਦੱਸਿਆ ਕਿ ਕਿਵੇਂ ਇੱਕ ਇੰਟਰੋਵਰਟ ਦੀ ਫੀਲਿੰਗ ਕਿਵੇਂ ਆ, ਮਜਬੂਰ ਕੀਤਾ ਜਾਂਦਾ ਕਿ ਉਹ ਕੰਮ ਕਰੇ, ਕਿਉਂਕਿ ਜਿਹੜਾ ਆਪਣਾ ਸਿਸਟਮ ਆ ਅੱਜ ਦਾ ਜੋ ਸ਼ਹਿਰੀਕਰਨ ਆ ਇਹ ਨੈਟਵਰਕਿੰਗ 'ਤੇ ਆਧਾਰਿਤ ਹੋ ਗਿਆ। ਆਪਾਂ ਇੰਨੇ ਜ਼ਿਆਦਾ ਨੈਟਵਰਕ, ਜਿਸ ਬੰਦੇ ਨੂੰ ਨੈਟਵਰਕ ਕ੍ਰੀਏਟ ਕਰਨਾ ਆਉਂਦਾ ਅਤੇ ਉਸ ਦੀ ਗਰੋਥ ਦੀ ਓਪਰਚੁਨਿਟੀ ਬਹੁਤ ਜ਼ਿਆਦਾ, ਅਤੇ ਮਨੀ ਜਿਹੜਾ ਹੈਗਾ ਉਹ ਨੈਟਵਰਕਿੰਗ ਨਾਲ ਜੁੜ ਚੁੱਕਿਆ, ਅਤੇ ਇੰਟਰੋਵਰਟ ਦੀ ਜਿਹੜੀ ਪਾਵਰਸ ਨੇ ਜੋ ਉਹ ਇੰਟਰਨਲ ਆ, ਉਹਦੇ 'ਚ ਮਨੀ ਉਨਾ ਕੰਮ ਨਹੀਂ ਕਰਦਾ, ਉਹ 'ਚ ਨੌਲੇਜ ਜ਼ਿਆਦਾ ਕੰਮ ਕਰਦੀ ਆ। ਤਾਂ ਜਿਹੜਾ ਨੌਲੇਜ ਅਤੇ ਮਨੀ ਦਾ ਮਤਲਬ ਇੱਕ ਹੈਗਾ ਨਾ ਸਿਸਟਮ ਬਣ ਗਿਆ ਕਿ ਜਿਹੜੇ ਇੰਟਰੋਵਰਟ ਹੁੰਦੇ ਨੇ ਨੌਲੇਜੇਬਲ ਵੱਲ ਨੂੰ ਜਾਣਗੇ, ਜਿਹੜੇ ਐਕਸਟਰੋਵਰਟ ਹੁੰਦੇ ਨੇ ਇਹ ਥੋੜ੍ਹਾ ਨੈਟਵਰਕਿੰਗ ਵੱਲ ਜਾਣਗੇ, ਤਾਂ ਮਨੀ ਜਿਹੜਾ ਨੈਟਵਰਕਿੰਗ 'ਤੇ ਜ਼ਿਆਦਾ ਕਮਾਇਆ ਜਾਂਦਾ ਲੋਕਾਂ ਤੋਂ, ਤਾਂ ਸਾਰਾ ਬਿਜ਼ਨਸ ਮਤਲਬ ਲੋਕਾਂ ਨੂੰ। ਮੈਨੂੰ ਵੀ ਜਦੋਂ ਆਪਣੀ MBTI ਦੀ ਵੀਡੀਓ ਆਈ ਸੀ ਸਾਈਕੋਲੋਜੀ ਦੀ, ਸਭ ਤੋਂ ਜ਼ਿਆਦਾ ਕਾਲਾਂ ਹੀ ਇਸ ਚੀਜ਼ ਦੀਆਂ ਆਈਆਂ ਸੀਗੀਆਂ ਕਿ ਸਰ ਸ਼ੁਕਰ ਸਾਨੂੰ ਤਾਂ ਐਂ ਲੱਗਦਾ ਸੀ ਅਸੀਂ ਬਿਮਾਰ ਹਾਂ, ਸਾਨੂੰ ਤਾਂ ਡਿਪਰੈਸ਼ਨ ਲੱਗਦਾ ਸੀਗਾ ਕਿ ਸਾਨੂੰ ਤਾਂ ਪਤਾ ਲੱਗਿਆ ਕਿ ਅਸੀਂ ਡਿਪਰੈਸ਼ਨ ਨਹੀਂ ਹੈਗੇ, ਅਸੀਂ ਤਾਂ ਇੰਟਰੋਵਰਟ ਹੈ, ਤਾਂ ਇੱਕ ਪਰਸਨੈਲਿਟੀ ਹੁੰਦੀ ਹੈ, ਤਾਂ ਇੱਕ ਪੱਖ ਹੁੰਦਾ ਬੰਦੇ ਦਾ, ਅਤੇ ਸਭ ਦੇ ਵਿੱਚ। ਇੱਕ ਹੋਰ ਗੱਲ ਕਲੀਅਰ ਕਰੀਏ ਕਿ ਸਭ ਦੇ ਵਿੱਚ ਇੰਟਰੋਵਰਟ ਐਕਸਟਰੋਵਰਟ ਦੋਨੋਂ ਹੀ ਹੁੰਦੇ ਨੇ, ਇਹ ਨਹੀਂ ਹੁੰਦਾ ਕਿ ਇਕੱਲਾ ਇੰਟਰੋਵਰਟ ਹੁੰਦਾ, ਲੋਕ ਇੰਟਰੋਵਰਟ ਵੀ ਹੁੰਦੇ ਨੇ, ਐਕਸਟਰੋਵਰਟ ਵੀ ਹੁੰਦੇ ਨੇ, ਪਰ ਇੰਟਰੋਵਰਟ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਜਿਹੜੇ ਜ਼ਿਆਦਾ ਇੰਟਰੋਵਰਜਨ ਵੱਲ ਨੂੰ ਝੁਕਾਅ ਆ ਜਿਹਨਾਂ ਦਾ, ਐਕਸਟਰੋਵਰਟ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਜਿਹਨਾਂ ਦਾ ਜ਼ਿਆਦਾ ਐਕਸਟਰੋਵਰਟ ਵੱਲ ਨੂੰ ਝੁਕਾਅ ਵਾ। ਆਪਣੇ ਅੰਦਰ ਹੁੰਦੇ ਦੋਨੋਂ ਨੇ, ਇਹ ਨਹੀਂ ਹੈਗਾ ਕਿ ਆਪਾਂ ਇਕੱਲੇ ਕੋਈ ਇੰਟਰੋਵਰਟ ਹੀ ਆ, ਇਕੱਲੋ ਐਕਸਟਰੋਵਰਟ ਹੀ ਆ, ਪੱਖ ਦੋਨੋਂ ਹੁੰਦੇ ਨੇ, ਪਰ ਤੁਹਾਨੂੰ ਬਾਹਲੀ ਪ੍ਰੈਕਟਿਸ ਨਹੀਂ ਕਰਨੀ ਪੈਂਦੀ। ਕਈ ਲੋਕ ਉਹੀ ਨੈਟਵਰਕਿੰਗ ਬਣਾਈ ਜਾਣਗੇ, ਜਾਂਦੇ ਜਾਂਦੇ 4 ਬੰਦਿਆਂ ਦੇ ਨੰਬਰ ਲੈ ਲੈਣਗੇ, ਉਹਨਾਂ ਨੂੰ ਕਾਲ ਲਗਾ ਲੈਣਗੇ, ਰੋਟੀ 'ਤੇ ਬੁਲਾ ਲੈਣਗੇ, ਉਹਨਾਂ ਦੇ ਰੋਟੀ 'ਤੇ ਚਲੇ ਜਾਣਗੇ, ਧੱਕੇ ਨਾਲ ਹੀ ਕਿਸੇ ਦੇ ਵਿਆਹ 'ਚ ਫਿਰਦੇ ਹੋਣਗੇ। ਉਹ ਲੋਕ ਨੇ ਜਿਹੜੇ ਬਾਏ ਡਿਫੋਲਟ ਵੈਸੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਐਕਸਟਰੋਵਰਟ ਆ। ਕਾਫੀ ਇੰਟਰੋਵਰਟ ਨੇ ਜਿਹੜੇ ਥੋੜ੍ਹੇ ਸੰਘਣਗੇ, ਬੱਚੇ ਆਪਾਂ ਦੇਖਦੇ ਹਾਂ, ਬੜੇ ਬੱਚਿਆਂ ਨੂੰ ਕਹਿ ਦਿੰਦਾ ਹੁੰਦਾ ਬੇਟਾ ਕਿਆ ਹਾਲ ਹੈ, ਉਹ ਚੁੱਪ ਜੇ ਕਰਕੇ ਮਗਰ ਜੇ ਖੜੀ ਜਾਂਦਾ ਹੁੰਦਾ, ਬੋਲਦਾ ਨਹੀਂ, ਮੂੰਹ ਅਗਲੇ ਨੂੰ ਕਰ ਲੈਂਦਾ, ਮਤਲਬ ਮੂਹਰੇ ਬੁੜਕ ਬੁੜਕ ਜੇ ਨਹੀਂ ਆ ਕੇ ਗੱਲਾਂ ਕਰਦੇ। ਤੇ ਕਈ ਬੱਚੇ ਨੇ ਵੈਸੇ ਹੀ, ਅੰਕਲ ਦੇਖੋ ਜੇ ਮੇਰੀ ਤਿਤਲੀ ਹੈ, ਜੇ ਅੰਕਲ ਜੇ ਕਿਆ ਹੈ, ਉਈ ਤੱਕੇ ਨਵੇਂ ਅਣਜਾਣ ਬੰਦੇ ਨਾਲ, ਇਹ ਨਹੀਂ ਕਹਿ ਰਹੇ ਕਿ ਘਰ ਦੇ ਬੰਦੇ ਨਾਲ ਸਾਰੇ ਬੱਚੇ ਇੱਕੋ ਜਿਹੇ ਹੋ ਜਾਣਗੇ, ਅਣਜਾਣ ਬਿਲਕੁਲ ਫਸਟ ਟਾਈਮ ਕਿਸੇ ਨੂੰ ਮਿਲਿਆ, ਫਸਟ ਟਾਈਮ ਮਿਲਦੇ ਸਾਰ ਹੀ ਉਹਦੇ ਨਾਲ ਇੱਕਦਮ ਗੱਲਾਂ ਮਾਰਨ ਲੱਗ ਗਿਆ, ਐਕਸਟਰੋਵਰਟ ਹੋ ਗਿਆ। ਜਿਹੜਾ ਕਿਸੇ ਨੇ ਫਸਟ ਟਾਈਮ ਬੁਲਾਇਆ ਕਿਸੇ ਬੱਚੇ ਨੂੰ, ਥੋੜ੍ਹਾ ਬੱਚਾ ਸੰਗਦਾ ਪਿੱਛੇ ਜੇ ਹੁੰਦਾ, ਲੁਕਦਾ, ਉਹ ਇੱਕ ਤਰੀਕੇ ਦੇ ਇੰਟਰੋਵਰਟ ਹੁੰਦੇ ਨੇ, ਮਤਲਬ ਇਹ ਬਾਏ ਡਿਫਾਲਟ ਆਪਾਂ ਕਹਿ ਰਹੇ ਹਾਂ। ਤੇ ਇੱਕ ਹੋਰ ਇਹਦੀ ਈਜ਼ੀ ਪਛਾਣ ਜਿਹੜੀ ਮੈਂ ਕਰਦੀ ਹੁੰਦੀ ਹਾਂ ਇੰਟਰੋਵਰਟ ਐਕਸਟਰੋਵਰਟ ਦੀ, ਉਹ ਹੁੰਦੀ ਹੈ ਵੀ ਤੁਸੀਂ ਕਿੰਨੀ ਜਲਦੀ ਫੋਨ ਚੱਕ ਕੇ ਕਿਸੇ ਨਾਲ ਗੱਲ ਕਰਦੇ ਹੋ।
ਜਿਹੜੇ ਇੰਟਰੋਵਰਟ ਹੁੰਦੇ ਉਹਨਾਂ ਦਾ ਜਿਹੜਾ ਮੋਡ ਆਫ ਕਮਿਊਨੀਕੇਸ਼ਨ ਹੁੰਦਾ ਹੈ, ਜਿਹਨਾਂ ਨੂੰ ਲੋੜ ਪਏ ਤਾਂ ਮੈਸੇਜਸ ਕਰਨ 'ਚ ਜ਼ਿਆਦਾ ਪ੍ਰੈਫਰ ਕਰਨਗੇ ਉਹ। ਅਤੇ ਜਿਹੜੇ ਐਕਸਟ੍ਰੋਵਰਟ ਹੁੰਦੇ ਨੇ ਉਹਨਾਂ ਨੂੰ ਹੁੰਦਾ ਫਟਾਫਟ ਹੁਣ ਫੋਨ 'ਤੇ ਗੱਲ ਕਰਕੇ ਨਿਬੇੜੋ ਯਾਰ, ਗੱਲ ਕਰੋ ਹੈ ਨਾ। ਮੈਨੂੰ ਆਉਂਦੇ ਨੇ ਫੋਨ ਕਦੀ ਕਦੀ, ਮੈਨੂੰ ਫੋਨ ਆਉਂਦੇ ਨੇ, ਚਲੋ ਸਰੋਤੇ ਦੇ ਤਾਂ ਇੱਕ ਡੀਪ ਫੋਨ ਆਉਂਦੇ ਨੇ ਆਪਣੇ ਜਿਹੜੇ ਸਰੋਤੇ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਕੋਈ ਵੀਡੀਓਜ਼ ਦੇਖਿਆ ਹੁੰਦਾ। ਵੈਸੇ ਹੀ ਜਰਨਲ ਪਿੰਡ ਤੋਂ ਆ ਗਿਆ, ਕਦੀ ਕਿਤੋਂ ਆ ਗਿਆ, ਉਹ 10 ਮਿੰਟ ਗੱਲ ਕਰੀ ਜਾਂਦਾ, ਉਦੋਂ ਬਾਅਦ ਮੈਂ ਵੇਟ ਕਰੀ ਜਾਂਦਾ ਕਿ ਤੂੰ ਗੱਲ ਦੱਸ, ਤੂੰ ਫੋਨ ਕਿਉਂ ਕੀਤਾ ਸੀ। ਉਹ ਮੈਂ ਵੇਟ ਕਰੀ ਜਾ ਰਿਹਾ ਕਿ ਬੰਦੇ ਨੇ ਫੋਨ ਕਿਉਂ ਕੀਤਾ, ਫੋਨ ਕਿਉਂ ਕੀਤਾ। 15 ਮਿੰਟ ਟੱਪ ਕੇ, 20 ਮਿੰਟ ਹੁਣ ਗੱਲ ਕਰੂਗਾ, ਹੁਣ ਗੱਲ ਕਰੂਗਾ। ਐਂਡ 'ਚ ਗੱਲ ਹੀ ਨਹੀਂ ਹੁੰਦੀ ਕੋਈ, ਐਂਡ 'ਚ ਕੋਈ ਗੱਲ ਨਹੀਂ ਹੁੰਦੀ। ਬਸ ਉਹ 15-20 ਮਿੰਟ ਬਾਅਦ ਮੈਂ ਸੋਚਦਾ ਯਾਰ, ਫਿਰ ਮੈਂ ਹਾਰ ਕੇ ਪੁੱਛ ਹੀ ਲੈਂਦਾ ਬਈ ਯਾਰ ਫੋਨ ਕਿਸ ਕੰਮ ਨੂੰ, ਕਿਤੇ ਸੇਵਾ ਦੱਸੋ ਆਏ। ਉਹ ਕਹਿੰਦਾ ਨਾ ਨਾ ਬਸ ਵੈਸੇ ਹੀ, ਮੈਂ ਤਾਂ ਚੱਲ ਇੱਥੇ ਬੈਠਾ ਸੀਗਾ, ਆਏ ਸੋਚਿਆ ਚੱਲ ਮੋਹਨ ਜੀ ਤੈਨੂੰ ਫੋਨ ਹੀ ਲਾ ਲਈਏ। ਤਾਂ ਉਹ ਇੱਕ ਐਕਸਟ੍ਰੋਵਰਟ ਹੁੰਦੇ ਨੇ ਜਿਹੜੇ ਨਾ ਵੈਸੇ ਹੀ ਫੋਨ ਕਰਦੇ ਨੇ, ਉਹਨੂੰ ਗਲਤ ਨਹੀਂ ਕਹਿੰਦੇ, ਪਰ ਉਹਨਾਂ ਦਾ ਬਿਹੇਵੀਅਰ ਹੁੰਦਾ ਕਿ ਉਹ ਇਕੱਲਾਪਨ ਖਾਂਦਾ ਉਹਨਾਂ ਨੂੰ, ਇਹ ਲੋਕਾਂ ਨੂੰ, ਐਕਸਟ੍ਰੋਵਰਟ ਨੂੰ। ਐਕਸਟ੍ਰੋਵਰਟ ਕਦੀ ਵੀ ਇਕੱਲਾ ਹੋਵੇ ਉਹ ਹਮੇਸ਼ਾ ਚੱਕੂਗਾ ਫਟਾਫਟ ਮੈਂ ਕਿਸੇ ਨੂੰ ਫੋਨ ਨਹੀਂ ਕਰ ਲਾ, ਬਹਾਨਾ ਜਿਹਾ ਹੀ ਲੱਭੂਗਾ, ਤੇ ਕਿਸੇ ਦੇ ਘਰੇ ਚਲੇ ਜਾ, ਕਿਸੇ ਨੂੰ ਮਿਲਣਾ, ਉਹਨੂੰ ਨਾ ਇਕੱਲਾਪਨ ਖਾਂਦਾ। ਜਿਹੜਾ ਇੰਟਰੋਵਰਟ ਹੁੰਦਾ ਇਹਨੂੰ ਇਹ ਚਾਹੁੰਦਾ ਕਿ ਮੈਨੂੰ ਇਕੱਲਾਪਨ ਮਿਲੇ, ਮਤਲਬ ਇਹ ਲੱਭਦਾ ਕਿ ਹਾਂ ਯਾਰ ਜ਼ਿਆਦਾ ਭੀੜ ਭੜੱਕਾ, ਥੋੜ੍ਹਾ ਜਿਹਾ ਮੈਨੂੰ ਬਾਹਰ ਨਿਕਲਾਂ, ਥੋੜ੍ਹਾ ਜਿਹਾ ਮੈਂ ਪ੍ਰਾਈਵੇਸੀ ਆਵਾਂ, ਥੋੜ੍ਹਾ ਜਿਹਾ ਮੈਨੂੰ ਫੋਨ ਨਾ ਆਉਣ ਇਸ ਟਾਈਮ, ਜਿਵੇਂ ਮੈਨੂੰ ਲੱਗਦਾ ਕਿ ਯਾਰ ਫੋਨ ਨਾ ਆਵੇ ਤਾਂ ਬੈਟਰ ਆ ਇਸ ਰਿਸ਼ਤੇਦਾਰ ਕੋਈ ਪਿੰਡ ਦੇ ਰਹਿੰਦੇ ਨੇ ਇੱਥੇ, ਉਹਨਾਂ ਕੋਲੇ ਚੱਲਦੇ ਆ, ਕੋਈ ਉਹ ਆਪਣੇ ਮੰਮੀ ਮਿਲ ਕੇ ਨੀ ਜਾਣਗੇ, ਉਹਨਾਂ ਨੂੰ ਮੇਰੀ ਭੈਣ ਮਿਲੀ ਜਾਊਗੀ ਜਾ ਕੇ ਨਾ। ਤੇ ਬੜਾ ਪ੍ਰੋਮੀਨੈਂਟ ਜਿਹਾ ਸਟੇਟ ਹੁੰਦਾ ਹੈ, ਉਹਨਾਂ ਨੂੰ ਉਹ ਇਕੱਲੇ ਜੇ ਨੀ ਬਹਿ ਸਕਦੇ ਹੈਗੇ, ਉਹਨਾਂ ਨੂੰ ਮਿਲਣਾ ਹੁੰਦਾ ਕਿਸੇ ਨੂੰ ਹਨਾ। ਤੇ ਆਪਾਂ ਜੋ ਡਿਸਕਸ ਕਰਨ ਵਾਲੇ ਨਾ, ਉਹ ਇਹ ਕਿ ਦੇਖੋ ਬਾਹਰ ਜਦੋਂ ਕਿਸੇ ਨੂੰ ਨੌਕਰੀਆਂ ਵੀ ਦੇਣੀਆਂ ਹੁੰਦੀਆਂ ਨੇ, ਉਦੋਂ ਵੀ ਕਈ ਕੰਪਨੀਆਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਇੰਟਰਵਿਊ ਲੈਂਦੇ ਟਾਈਮ ਐਕਸਟ੍ਰੋਵਰਟ 'ਤੇ ਜ਼ਿਆਦਾ ਫੋਕਸ ਕਰਦੀਆਂ ਨੇ, ਹੈ ਨਾ। ਉਹੀ ਜਿਵੇਂ ਤੂੰ ਕਿਹਾ ਕਿ ਕੀ ਕਹਿੰਦੇ ਹੁੰਦੇ ਨੈਟਵਰਕਿੰਗ, ਵੀ ਉਹ ਬੰਦਾ ਨੈਟਵਰਕਿੰਗ ਵਧੀਆ ਬਣਾ ਸਕੂਗਾ, ਕੰਪਨੀ ਦਾ ਫਾਇਦਾ ਹੋਊਗਾ ਉਹਦੇ ਨਾਲ, ਤਾਂ ਥੋੜ੍ਹੇ ਐਕਸਟ੍ਰੋਵਰਟ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ। ਪਰ ਪਿੱਛੇ ਜਿਹਾ ਸਟੱਡੀਜ਼ ਹੋਈਆਂ ਸੀਗੀਆਂ ਪ੍ਰੋਪਰ ਇੰਟਰੋਵਰਟ 'ਤੇ ਵੀ, ਇੰਟਰੋਵਰਟ ਦੇ ਵੀ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ। ਅਤੇ ਕਿਉਂ ਕੰਪਨੀਆਂ ਨੂੰ ਹਾਇਰ ਕਰਨਾ ਚਾਹੀਦਾ ਇੰਟਰੋਵਰਟ, ਇਹਦੇ ਬਾਰੇ ਵੀ ਇਸ ਪੁਆਇੰਟ ਦੇ ਵਿੱਚ ਲਿਖਿਆ, ਇਹ ਜਿਹੜੀ ਰਾਈਟਰ ਨੇ ਨਾ ਸੁਜ਼ੈਨ, ਇਹਨਾਂ ਨੇ ਲਿਖਿਆ ਉਹਦੇ ਵਿੱਚ ਵੀ, ਬੁੱਕ ਦੇ ਵਿੱਚ ਵੀ। ਇਕੱਲਾ ਮੈਂ ਕਹਿੰਦਾ ਇਕੱਲਾ ਕੰਪਨੀਆਂ ਨੂੰ ਨਹੀਂ ਹਾਇਰ ਕਰਨਾ, ਇਕੱਲੀ ਆਪਾਂ ਉਹਦੀ ਗੱਲ ਨਹੀਂ ਕਰਾਂਗੇ, ਆਪਾਂ ਗੱਲ ਕਰਾਂਗੇ ਕਿ ਇੱਕ ਸਮਾਜ ਦੇ ਵਿੱਚ ਇੰਟਰੋਵਰਟ ਨੂੰ ਐਜ਼ ਏ ਬਿਮਾਰੀ ਵਾਂਗੂ ਪੇਸ਼ ਕਰ ਦਿੱਤਾ ਗਿਆ, ਇਹ ਕਹਿ ਦਿੱਤਾ ਗਿਆ ਕਿ ਤੁਸੀਂ ਡਿਪਰੈਸ਼ਨ ਆ, ਤੁਸੀਂ ਇੰਟਰੋਵਰਟ ਤੋਂ ਬੱਚੇ ਨੂੰ ਐਕਸਟ੍ਰੋਵਰਜਨ ਸਿਖਾਓ, ਉਹਨੂੰ ਧੱਕੇ ਨਾਲ ਚੀਜ਼ਾਂ ਸਿਖਾਓ। ਉਹ ਧੱਕੇ ਨਾਲ ਤੁਸੀਂ ਸਿਖਾ ਲੈਂਦੇ ਹੋ, ਬੱਚਾ ਸਿੱਖ ਵੀ ਜਾਂਦਾ, ਪਰ ਉਹ ਨਾ ਬੜਾ ਮੀਡੀਓਕਰ ਬਣ ਜਾਂਦਾ, ਉਹਦਾ ਫਲੋ ਨਹੀਂ ਆਉਂਦਾ ਉਹਦੇ 'ਚ, ਉਹਦਾ ਕਿਉਂਕਿ ਉਹਦਾ ਨੈਚੁਰਲ ਫਲੋ ਨਹੀਂ ਹੈਗਾ, ਉਹ ਸਿੱਖਿਆ ਵਿਆ, ਸਿੱਖਿਆ ਵਿਆ ਨੈਚੁਰਲ, ਹਾਂ ਨੈਚੁਰਲ ਬਿਹੇਵੀਅਰ ਨਹੀਂ ਹੈਗਾ, ਉਹ ਸਿੱਖਿਆ ਵਿਆ ਉਹਦੇ ਉਹਨੇ। ਅਤੇ ਆਪਾਂ ਬੱਚਿਆਂ ਨੂੰ ਵੀ ਮਤਲਬ ਧੱਕੇ ਨਾਲ ਹੀ ਇਹ ਚੀਜ਼ਾਂ ਬਚਪਨ ਤੋਂ ਹੀ ਤੁੰਨ ਤੁੰਨ ਕੇ ਪਾਉਣ ਲੱਗ ਜਾਂਦੇ ਉਹਨਾਂ ਦੇ ਵਿੱਚ, ਤੇ ਉਹਨਾਂ ਦੀ ਥੋੜ੍ਹੀ ਇੱਕ ਤਾਂ ਉਹਨਾਂ ਨੂੰ ਸਿਖਾਉਣ ਲੱਗ ਜਾਂਦੇ, ਦੂਜਾ ਨਾ ਜਿਹੜਾ ਉਹਦਾ ਨੈਚੁਰਲ ਬਿਹੇਵੀਅਰ ਹੁੰਦਾ ਉਹਦੇ ਬੱਚੇ ਦੀ ਨਾ ਸ਼ੇਮ ਕਰਨ ਲੱਗ ਜਾਂਦੇ, ਉਹਨੂੰ ਬੇਇੱਜ਼ਤੀ ਕਰਨ ਲੱਗ ਜਾਂਦੇ ਬੱਚੇ ਦੀ, ਇਹ ਬੋਲਦਾ ਨਹੀਂ, ਇਹ ਪਿੱਛੇ ਜੇ ਰਹਿੰਦਾ, ਹੈ ਨਾ, ਇਹ ਚੁੱਪ ਚਾਪ ਨਹੀਂ ਹੈਗਾ। ਮਤਲਬ ਆਪਾਂ ਨਾ ਬੱਚੇ ਨੂੰ ਛੋਟੇ ਹੁੰਦੇ ਤੋਂ ਹੀ, ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਪਾਂ ਉਹਦਾ ਕੋਨਫੀਡੈਂਸ ਕਿੰਨਾ ਡਾਊਨ ਕਰ ਦਿੰਦੇ ਹਾਂ, ਇਸ ਚੱਕਰ 'ਚ ਜੇ ਆਪਾਂ ਪਛਾਣ ਲਈਏ ਕਿ ਹੋਏ ਸਾਡਾ ਬੱਚਾ ਤਾਂ ਇੰਟਰੋਵਰਟ ਆ ਅਤੇ ਇਹਦੇ 'ਚ ਇਹ ਖੂਬੀਆਂ ਨੇ, ਤਾਂ ਅਸੀਂ ਸਟਾਰਟਿੰਗ ਤੋਂ ਹੀ ਉਹ ਖੂਬੀਆਂ ਨੂੰ ਪੋਲਿਸ਼ ਕਰਕੇ, ਜੇ ਮੈਂ ਐਕਸਟ੍ਰੋਵਰਜਨ ਵਾਸਤੇ ਇੱਕ ਪੂਰਾ ਵੱਡਾ ਮਤਲਬ ਸਕਸੈਸ ਦਾ ਸਿਸਟਮ ਬਣਦਾ, ਇੰਟਰੋਵਰਜਨ ਵਾਸਤੇ ਉਸ ਤੋਂ ਵੀ ਯੂਨੀਕ ਅਤੇ ਉਸ ਤੋਂ ਵੀ ਵੱਡਾ ਬਣ ਜਾਂਦਾ।
ਤੇ ਆਪਾਂ ਇਹ ਚ ਨਾ ਚਾਰ ਚੀਜ਼ਾਂ ਡਿਸਕਸ ਕਰਾਂਗੇ ਜਿਹੜੇ ਕਿ ਇੰਟਰੋਵਰਟ ਦੀਆਂ ਸਟਰੈਂਥਸ ਹੁੰਦੀਆਂ ਨੇ ਬਹੁਤ ਜ਼ਬਰਦਸਤ, ਜੋ ਕਿ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਨੇ ਸਪੈਸ਼ਲੀ। ਮੈਂ ਕਹੂੰਗੀ ਜਿਹੜੇ ਮਾਂ ਬਾਪ ਜਿਨ੍ਹਾਂ ਦੇ ਬੱਚੇ ਛੋਟੇ ਨੇ ਹਲੇ ਉਹ ਪਛਾਣਦੇ ਨੇ ਜਦੋਂ ਬੱਚਿਆਂ ਨੂੰ, ਤਾਂ ਇਹ ਚਾਰ ਚੀਜ਼ਾਂ 'ਤੇ ਜ਼ਰੂਰ ਫੋਕਸ ਕਰਨ ਉਹ, ਹੈ ਨਾ, ਵੀ ਕਿਉਂ ਉਹਨਾਂ ਦਾ ਬੱਚਾ ਇੱਕ ਕਾਬਿਲ ਡਿਫਰੈਂਟ ਹਿਊਮਨ ਬੀਇੰਗ ਬਣ ਸਕਦਾ ਅਤੇ ਉਹਨੂੰ ਐਜ਼ ਅ ਕਮੀ ਨਾ ਲਿਆ ਜਾਏ ਇੰਟਰੋਵਰਟ ਹੋਣ 'ਤੇ। ਪਹਿਲੀ ਚੀਜ਼ ਜੋ ਆਪਾਂ ਇਹ ਬੁੱਕ ਦੇ ਬੇਸਿਸ 'ਤੇ ਕਰ ਰਹੇ ਹਾਂ ਆਪਾਂ, ਜਿਹੜੀ ਸੁਜ਼ੈਨ ਨੇ ਬੁੱਕ ਲਿਖੀ ਸੀ ਕੁਆਈਟ, ਪਹਿਲੀ ਚੀਜ਼ ਜੋ ਐਕਸਪਲੇਨ ਕੀਤੀ ਗਈ ਹੈ ਉਹ ਹੈਗਾ ਕਿ ਇੰਟਰੋਵਰਟ ਜਿਹੜੇ ਹੁੰਦੇ ਨੇ ਨਾ ਸੋਚਦੇ ਜ਼ਿਆਦਾ ਨੇ, ਤੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਇੰਟਰੋਵਰਟ ਹੁੰਦੇ ਨੇ, ਕਿਉਂਕਿ ਦੇਖੋ ਤੁਸੀਂ ਹਰ ਟਾਈਮ ਕੁਛ ਨਾ ਕੁਛ ਕਰਨਾ ਹੈ ਨਾ, ਤੁਹਾਡੇ ਬ੍ਰੇਨ ਨੇ, ਜਾਂ ਤਾਂ ਤੁਸੀਂ ਬਾਹਰ ਕਿਸੇ ਨਾਲ ਗੱਲਬਾਤ ਕਰੋਗੇ, ਹੈ ਨਾ, ਜੇ ਬਾਹਰ ਨਹੀਂ ਕਰੋਗੇ ਤਾਂ ਤੁਸੀਂ ਆਪਣੇ ਆਪ ਨਾਲ ਗੱਲਬਾਤ ਕਰੋਗੇ ਜਾਂ ਸੋਚੋਗੇ ਬੈਠ ਕੇ, ਹੈ ਨਾ, ਆਪਣਾ ਜਿਹੜਾ ਬ੍ਰੇਨ ਹੈ ਉਹਨੇ ਨਾ ਕਿਸੇ ਤਰੀਕੇ ਨਾਲ ਓਕੂਪਾਈ ਰਹਿਣਾ ਹੁੰਦਾ, ਹਮੇਸ਼ਾ ਕੁਛ ਨਾ ਕੁਛ ਕਰਨਾ ਹੁੰਦਾ। ਤਾਂ ਇੰਟਰੋਵਰਟ ਕਿਉਂਕਿ ਬਾਹਰ ਵਿਚਰ ਕੇ ਬਹੁਤ ਜ਼ਿਆਦਾ ਖੁਸ਼ ਨਹੀਂ ਹੁੰਦੇ, ਬਾਹਰ ਉਹਨਾਂ ਦਾ ਨੈਚੁਰਲ ਬਿਹੇਵੀਅਰ ਨਹੀਂ ਹੁੰਦਾ, ਤਾਂ ਬਾਏ ਡਿਫਾਲਟ ਉਹਨਾਂ ਦੀ ਜਿਹੜੀ ਸੋਚਣ ਸਮਝਣ ਦੀ ਸ਼ਕਤੀ ਹੁੰਦੀ ਹੈ ਨਾ ਉਹ ਜ਼ਿਆਦਾ ਹੁੰਦੀ ਹੈ। ਜਿਵੇਂ ਇਹਦੇ 'ਚ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਆਪਾਂ ਜਿਵੇਂ MBTI ਦੇ ਵਿੱਚ ਹੀ ਕਰਦੇ ਹਾਂ ਤਾਂ ਇੰਟਰੋਵਰਟ ਥਿੰਕਿੰਗ ਅਤੇ ਐਕਸਟਰੋਵਰਟ ਥਿੰਕਿੰਗ ਦੋ ਚੀਜ਼ਾਂ ਆਉਂਦੀਆਂ ਨੇ। ਤਾਂ ਜਿਹੜੀ ਇੰਟਰੋਵਰਟ ਥਿੰਕਿੰਗ ਹੁੰਦੀ ਆ, ਇਹ ਕੀ ਹੁੰਦਾ ਕਿ ਬੰਦਾ ਨਾ ਕੋਈ ਕੰਸੈਪਟ ਪ੍ਰੋਫਿਟ ਲਾਸ ਸੈਂਟਰਿਕ ਕੰਸੈਪਟਸ ਨੂੰ ਬ੍ਰੇਨ ਦੇ ਵਿੱਚ ਬਾਰ ਬਾਰ ਬਣਾਈ ਜਾ ਰਿਹਾ, ਢਾਈ ਜਾ ਰਿਹਾ, ਬਣਾਈ ਜਾ ਰਿਹਾ, ਢਾਈ ਜਾ ਰਿਹਾ। ਤਾਂ ਇਹਦਾ ਨਾ ਜਦੋਂ ਉਹਨੇ ਐਕਸ਼ਨ ਲੈਣਾ, ਉਸ ਟਾਈਮ ਨਾ ਉਹ ਜਿਹੜਾ ਜਿਹੜੀ ਜਿਹੜੀ ਉਹਦੀ ਥੋਟ ਸੀਗੀ ਉਹ ਕਾਫੀ ਰਿਐਲਿਟੀ ਦੇ ਨੇੜੇ ਪਹੁੰਚ ਚੁੱਕੀ ਹੁੰਦੀ ਨਿਖਰ ਕੇ ਪਹੁੰਚ ਨਿਕਲਦੀ ਤੇ ਹਾਂ ਮਤਲਬ ਨਿਖਰ ਕੇ ਨਾ, ਕਿਉਂਕਿ ਉਹ ਬਹੁਤ ਮਾਈਕਰੋ ਡਿਟੇਲਿੰਗ ਆਪਣੇ ਦਿਮਾਗ 'ਚ ਬੈਠਾ ਬੈਠਾ ਹੀ ਸੋਚੀ ਜਾ ਰਿਹਾ। ਹੁਣ ਉਹੀ ਕੰਮ ਜੇ ਐਕਸਟਰੋਵਰਟ ਕਰਦਾ, ਐਕਸਟਰੋਵਰਟ ਤੁਹਾਨੂੰ ਐਗਜ਼ਾਮਪਲ ਦਵਾਂ ਈਜ਼ੀ, ਜਿਵੇਂ ਟਾਟਾ ਜਦੋਂ ਕਾਰਾਂ 'ਚ ਆਈ ਸੀਗੀ ਤਾਂ ਟਾਟਾ ਕਾਫੀ ਐਕਸਟਰੋਵਰਟ ਕੰਪਨੀ ਟਾਈਪ ਸੀਗੀ ਕਿ ਉਹਨਾਂ ਨੇ ਗੱਡੀ ਕੱਢ ਦੇਣੀ, ਉਹਦੀ ਆਵਾਜ਼ ਜ਼ਿਆਦਾ, ਉਸ ਤੋਂ ਬਾਅਦ ਲੋਕਾਂ ਨੇ ਰਿਜੈਕਟ ਕੀਤੀ, ਫਿਰ ਇੰਜਨ ਚੇਂਜ ਕਰਕੇ ਆ ਜਾਂਦਾ ਸੀ, ਕਦੀ ਖੜਕ ਜਾਂਦੀ ਸੀ, ਕਦੀ ਭਾਰੀ, ਪਹਿਲਾਂ ਲੋਕ ਕਹਿੰਦੇ ਸੀ ਟਰੱਕ ਜਿਹਾ ਹੀ ਕੱਢਤਾ, ਸੂਮੋ ਸਾਮੋ ਜਿਹਨੂੰ ਫੇਲ ਹੋ ਗਈ ਗੱਡੀਆਂ ਉਹਨਾਂ ਦੀਆਂ, ਹੈ ਤੇ ਪਰ ਉਹ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਕਰਦੇ ਨੇ, ਉਹਨਾਂ ਨੇ ਸਮਝ ਨਹੀਂ ਆਇਆ ਉਹਨਾਂ ਨੂੰ ਕਿ ਇੰਡੀਆ ਦੇ ਸਮਾਜ ਨੂੰ ਚਾਹੀਦਾ ਕੀ ਆ। ਤੇ ਪਰ ਉਸੇ ਟਾਈਮ ਮਤਲਬ ਟਾਈਮਾਂ ਦੇ ਵਿੱਚ ਹੀ ਆਪਾਂ ਇੱਕ ਕੰਪਨੀ ਮੰਨਦੇ ਨੇ ਵੋਲਵੋ, ਵੋਲਵੋ ਇੰਟਰੋਵਰਟ ਕੰਪਨੀ ਆ ਕਹਿੰਦੇ, ਵੋਲਵੋ ਕਹਿੰਦੇ ਅੱਜ ਤੋਂ 20-30 ਸਾਲ ਪਹਿਲਾਂ ਜਿਹੜੇ ਮਾਡਲ ਚੱਲ ਰਹੇ ਨੇ ਅੱਜ ਤੱਕ ਉਹਨਾਂ 'ਚ ਛੇੜਖਾਨੀ ਨਹੀਂ ਹੋਈ, ਉਵੇਂ ਚੱਲੀ ਜਾ ਰਹੇ ਨੇ, ਕਿਉਂਕਿ ਉਹ ਜਦੋਂ ਮਾਡਲ ਕੱਢਦੇ ਨੇ ਉਹ ਬਹੁਤ ਸੋਚ ਸਮਝ ਕੇ, ਬਹੁਤ ਟਾਈਮ ਲੈ ਕੇ, ਉਸ ਤੋਂ ਬਾਅਦ ਅੰਦਰ ਥਿੰਕਿੰਗ ਕਰਕੇ ਚੀਜ਼ ਕੱਢਦੇ ਨੇ ਬਾਹਰ। ਤਾਂ ਇੰਟਰੋਵਰਟ ਜਦੋਂ ਬੰਦਾ ਕੁਛ ਵੀ ਐਕਸ਼ਨ ਲੈਂਦਾ ਉਹਦੇ ਨਾ ਰੈਪਿਡ ਉਹਨੂੰ ਰਿਪੇਅਰ ਵਰਕ ਨਹੀਂ ਕਰਨਾ ਪੈਂਦਾ, ਪੈਚ ਵਰਕ ਘੱਟ ਕਰਦਾ, ਪਰ ਜਿਹੜਾ ਐਕਸਟ੍ਰੋਵਰਟ ਹੁੰਦਾ ਉਹ ਐਕਸ਼ਨ ਕਾਲ 'ਚ ਕਰਦਾ, ਫਟਾਫਟ ਕਰਦਾ, ਫਿਰ ਫਟਾਫਟ ਕਰਨ ਕਰਕੇ ਉਹਨੂੰ ਬਹੁਤ ਸਾਰਾ ਪੈਚ ਵਰਕ ਕਰਨਾ ਪੈਂਦਾ, ਉਹਦੇ ਉੱਤੇ ਟਾਕੀਆਂ ਲਾਣੀ ਪੈਂਦੀਆਂ ਨੇ ਆਪਾਂ ਕਹਿ ਲਓ ਇੱਕ ਤਰੀਕੇ ਨਾਲ। ਇਹਦੇ 'ਚ ਨਾ ਕਹਿੰਦੇ ਕਿ ਜਿਹੜੇ ਇੰਟਰੋਵਰਟ ਲੋਕ ਨੇ ਉਹਨਾਂ ਦਾ ਜਦੋਂ ਦਿਮਾਗ ਦਾ ਸਕੈਨ ਕੀਤਾ ਗਿਆ ਨਾ, ਤਾਂ ਉਹਨਾਂ ਦਾ ਜਿਹੜਾ ਮੂਹਰਲਾ ਬ੍ਰੇਨ ਹੁੰਦਾ ਜਿਹਨੂੰ ਆਪਾਂ ਪ੍ਰੀ ਫਰੰਟਲ ਕੋਰਟੈਕਸ ਕਹਿੰਦੇ ਹਾਂ, ਫਰੰਟਲ ਕੋਰਟੈਕਸ ਕਹਿੰਦੇ ਹਾਂ, ਉਹ ਵਾਲੇ ਬ੍ਰੇਨ ਦੇ ਵਿੱਚ ਐਕਟੀਵਿਟੀ ਜ਼ਿਆਦਾ ਪਾਈ ਗਈ ਹੈ। ਮਤਲਬ ਜਿਹੜਾ ਬੰਦਾ ਸੋਚਦਾ ਜ਼ਿਆਦਾ ਹੈ, ਸੋਚ ਸਮਝ ਕੇ ਕੰਮ ਕਰਦਾ ਹੈ, ਉਹਦਾ ਜਿਹੜਾ ਪ੍ਰੀ ਫਰੰਟਲ ਕੋਰਟੈਕਸ ਹੁੰਦਾ ਦਿਮਾਗ ਉਹਦੇ, ਉਹ ਜ਼ਿਆਦਾ ਐਕਟਿਵ ਹੁੰਦਾ ਤੁਸੀਂ ਕਹਿ ਸਕਦੇ ਹੋ, ਤਾਂ ਉਹਦੇ 'ਚ ਐਕਟੀਵਿਟੀ ਜ਼ਿਆਦਾ ਪਾਈ ਗਈ ਹੈ। ਅਤੇ ਕਹਿੰਦੇ ਜਦੋਂ ਇੰਟਰੋਵਰਟ ਬੰਦਾ ਜੇ ਰਿਲੈਕਸ ਵੀ ਕਰ ਰਿਹਾ ਨਾ, ਵੀ ਆਰਾਮ ਨਾਲ ਬੈਠਾ ਹੋਇਆ, ਕੋਈ ਕੰਮ ਫਿਜ਼ੀਕਲੀ ਕੋਈ ਕੰਮ ਨਹੀਂ ਕਰ ਰਿਹਾ, ਤਾਂ ਵੀ ਉਹਦਾ ਜਿਹੜਾ ਸਟੇਟ ਆਫ ਮਾਈਂਡ ਹੁੰਦਾ ਉਹ ਜ਼ਿਆਦਾ ਐਕਟਿਵ ਹੁੰਦਾ, ਅਤੇ ਉਹਦੇ ਦਿਮਾਗ 'ਚ ਜਿਹੜਾ ਬਲੱਡ ਫਲੋ ਹੁੰਦਾ ਨਾ ਉਹ ਇੱਕ ਐਕਸਟ੍ਰੋਵਰਟ ਤੋਂ ਜ਼ਿਆਦਾ ਹੁੰਦਾ, ਮਤਲਬ ਉਹਦੇ ਸਰਕੂਲੇਸ਼ਨ ਆਫ ਬਲੱਡ ਵੀ ਜ਼ਿਆਦਾ ਹੁੰਦੀ ਹੈ ਉਹਦੇ ਹੈੱਡ ਦੇ ਵਿੱਚ।
ਕਿਉਂਕਿ ਇਹ ਸੋਚਦਾ ਜਾ ਰਿਹਾ। ਇਹ ਮੈਂ ਇਹ ਮੈਂ ਬੜਾ ਨੀਟ ਐਂਡ ਕਲੀਨ ਫੀਲ ਕਰਨਾ ਤੇ ਇਹਨੂੰ ਨਾ ਬੜਾ ਜਸਟੀਫਾਈ ਕਰਨਾ ਬੜਾ ਔਖਾ। ਲੋਕ ਕਹਿੰਦੇ ਨੇ ਵਿਹਲੇ ਜੇ ਬੈਠੇ ਹੋ ਤੁਸੀਂ, ਪਰ ਇੰਟਰੋਵਰਟ ਵਿਹਲਾ ਨਹੀਂ ਬਹਿੰਦਾ। ਇੰਟਰੋਵਰਟ ਅੱਖਾਂ ਬੰਦ ਕਰਕੇ ਵੀ ਜੇ ਲਿਟਿਆ ਪਿਆ ਨਾ, ਉਹਦਾ ਪ੍ਰੋਜੈਕਟ ਚੱਲ ਰਿਹਾ ਉਸ ਟਾਈਮ ਤੇ, ਸੇਮ ਪ੍ਰੋਜੈਕਟ ਚੱਲ ਰਿਹਾ ਤੇ ਉਸ ਤੋਂ ਜ਼ਿਆਦਾ ਐਫੀਸ਼ੀਐਂਟ ਚੱਲ ਰਿਹਾ ਜਿਹੜਾ ਐਕਸਟਰੋਵਰਟ ਕਰ ਰਿਹਾ। ਐਕਸਟਰੋਵਰਟ ਦਿਖ ਰਿਹਾ ਕਿ ਕੁਛ ਕਰ ਰਿਹਾ, ਬਾਹਰ ਜਾ ਕੇ ਇੰਪਲੀਮੈਂਟ ਕਰ ਰਿਹਾ, ਕੋਠੀ ਬਣਾ ਰਿਹਾ, ਕੁਛ ਆਫਿਸ ਦੀ ਕੰਮ ਕਰੀ ਆ ਰਿਹਾ, ਪ੍ਰੋਗਰਾਮਿੰਗ ਕਰ ਰਿਹਾ ਬੈਠ ਕੇ। ਪਰ ਇੰਟਰੋਵਰਟ ਆਪਣੇ ਦਿਮਾਗ ਦੇ ਵਿੱਚ ਆਪਣੇ ਅੰਦਰ ਹੀ ਸਾਰੀ ਪ੍ਰੋਗਰਾਮਿੰਗ ਚੱਲ ਰਹੀ ਹੈ ਉਹਦੀ, ਉਹਦੇ ਪ੍ਰੋਜੈਕਟ ਅੰਦਰ ਹੀ ਚੱਲ ਰਹੇ ਨੇ। ਅੱਖਾਂ ਬੰਦ ਕਰਕੇ ਆਪਾਂ ਲੋਕ ਲਿਟਿਆ ਪਿਆ ਉਹੀ ਕਮਲਿਆਂ ਜੇ ਮੰਗੂ ਹੈ, ਪਰ ਉਹਦੇ ਅੰਦਰ ਚੱਲ ਰਹੇ ਨੇ। ਹੁਣ ਜਦੋਂ ਉਹ ਐਕਸਟਰੋਵਰਜਨ ਜਦੋਂ ਕਰੂਗਾ, ਦੇਖਿਓ ਤੁਸੀਂ ਉਸ ਦਾ ਕੰਮ ਐਕਸਟਰੋਵਰਟ ਦੇ ਜੇ 10 ਸਟੈਪਾਂ 'ਚ ਕਰਨਾ, ਉਹਨੇ 1 ਸਟੈਪ 'ਚ ਕਰ ਲੈਣਾ ਸਾਰਾ ਕੰਮ, ਬਿਕੋਜ਼ ਉਹਨੇ ਉਹਦੀ ਐਨਰਜੀ ਇੰਨੀ ਜ਼ਿਆਦਾ ਲੱਗਦੀ ਹੈ ਅੰਦਰ ਕਿ ਉਹਨੂੰ ਉਹਨੂੰ ਚੁੱਪ ਚਾਪ ਬਹਿਣਾ ਪੈਂਦਾ। ਬਹੁਤ ਸਾਰੇ ਰਾਈਟਰ ਨੇ ਮੋਸਟਲੀ ਇੰਟਰੋਵਰਟ ਨੇ ਰਾਈਟਰਸ, ਕਿਉਂਕਿ ਰਾਈਟਰ ਜਦੋਂ ਲਿਖਦਾ ਹੈ ਨਾ, ਲਿਖਣ ਵੇਲੇ ਉਹ ਕਿੰਨਾ ਅੰਦਰ ਸੋਚ ਸੋਚ ਕੇ ਸੋਚ ਸੋਚ ਕੇ ਚੀਜ਼ਾਂ ਨੂੰ ਅਬਜ਼ਰਵ ਕਰਕੇ ਫੇਰ ਲਿਖਦਾ। ਸੌਂਗ ਰਾਈਟਰ ਇੰਟਰੋਵਰਟ ਨੇ ਮੋਸਟਲੀ, ਸਕ੍ਰਿਪਟ ਰਾਈਟਰ ਇੰਟਰੋਵਰਟ ਨੇ, ਤਾਂ ਇਹਨਾਂ ਨੂੰ ਇੱਕ ਦਿਮਾਗ 'ਚ ਬਣਾਉਣਾ ਪੈਂਦਾ ਕਿ ਇਹ ਸੀਨ ਨੂੰ ਕਿਵੇਂ ਪੇਸ਼ ਕਰਾਂਗੇ ਅਸੀਂ। ਤਾਂ ਐਕਸਟਰੋਵਰਟ ਨੇ ਕਰ ਕਰਕੇ ਦੇਖਣਾ, ਕਰ ਕਰਕੇ ਦੇਖਣਾ। ਕੋਈ ਲੋਕ ਕਹਿ ਦੋ ਨਾ ਜਾਂ ਆਏ ਨਹੀਂ ਠੀਕ ਲੱਗਦਾ, ਆਏ ਨਹੀਂ ਠੀਕ ਲੱਗਦਾ, ਕਿੰਨਾ ਖਰਚਾ ਵੀ ਹੁੰਦਾ। ਪਰ ਇੰਟਰੋਵਰਟ ਨੇ ਆਪਣੇ ਦਿਮਾਗ ਦੇ ਅੰਦਰ ਇਮੇਜ ਬਣਾ ਲੈਣੀ, ਉਹ ਜਿਹੜੀ ਇਮੇਜ ਬਣਾਉਣ ਦੀ ਸ਼ਕਤੀ ਉਹ ਪ੍ਰੀ ਫਰੰਟਲ ਕੋਰਟੈਕਸ ਤੋਂ ਹੀ ਆਉਂਦੀ ਹੈ, ਤੇ ਉਹਨੂੰ ਬਹੁਤ ਜ਼ਿਆਦਾ ਬਲੱਡ ਫਲੋ ਵੀ ਚਾਹੀਦਾ ਹੁੰਦਾ। ਇਹ ਮਤਲਬ ਬਾਈ ਡਿਫਾਲਟ ਇਮੇਜਿਨਰੀ ਸਕਿੱਲਸ ਜ਼ਿਆਦਾ ਹੁੰਦੇ ਨੇ ਉਹਨਾਂ ਦੇ, ਮਤਲਬ ਉਹਨਾਂ ਦੇ ਅੰਦਰ ਇੱਕ ਦੁਨੀਆ ਵਸਦੀ ਹੁੰਦੀ ਹੈ ਪੂਰੀ, ਤੇ ਉਹ ਦੁਨੀਆ ਦੇ ਵਿੱਚ ਹੀ ਉਹ ਰਹਿੰਦੇ ਨੇ, ਉਹਦੇ ਅੰਦਰ ਹੀ ਕੰਮ ਕਰੀ ਜਾਂਦੇ ਨੇ, ਬਾਹਰ ਪਤਾ ਨਹੀਂ ਲੱਗਦਾ, ਬਾਹਰ ਵਾਲੇ ਦੇਖਣ ਵਾਲੇ ਨੂੰ ਲੱਗਦਾ। ਮਤਲਬ ਇਹ ਇੱਕ ਕੁਦਰਤ, ਇਹ ਕੁਦਰਤ ਵੱਲੋਂ ਨਾ ਇੱਕ ਗਿਫਟ ਦਿੱਤਾ ਗਿਆ, ਜਿਹੜੇ ਬੱਚਿਆਂ ਦੇ ਵਿੱਚ ਤੁਹਾਨੂੰ ਇਹ ਹਰਕਤ ਦਿਖੇ ਕਿ ਬੱਚਾ ਥੋੜਾ ਚੁੱਪ ਚਾਪ ਸੋਚਦਾ ਹੈ ਨਾ, ਇਹ ਇਹ ਕਿਹੋ ਜਿਹਾ ਕੁਦਰਤੀ ਗਿਫਟ ਆ ਜਿਹੜੀ ਤੁਹਾਨੂੰ ਕੋਈ ਯੂਨੀਵਰਸਿਟੀ, ਕੋਈ ਕਾਲਜ, ਕੋਈ ਜਿੰਨਾ ਮਰਜ਼ੀ ਪੈਸਾ ਕਿਸੇ ਨੂੰ ਬਣਾ ਹੀ ਨਹੀਂ ਸਕਦੀ, ਇਹ ਕੁਦਰਤੀ ਆ। ਤਾਂ ਉਹਨੂੰ ਨਿਖਾਰਨਾ ਚਾਹੀਦਾ ਆਪਾਂ ਨੂੰ, ਉਹ ਬੱਚੇ ਨੂੰ ਆਏ ਨਹੀਂ ਸੋਚਣਾ ਚਾਹੀਦਾ ਕਿ ਯਾਰ ਬੱਚਾ ਕਿਉਂ ਨਹੀਂ ਪਾਰਟਿਸਿਪੇਟ ਕਰਦਾ ਬਾਰ ਬਾਰ ਜਾ ਕੇ। ਜੇ ਆਪਾਂ ਨੂੰ ਦਿਖ ਜਾਵੇ ਇਹ ਇਹ ਮਤਲਬ ਮੈਂ ਸਾਰੇ ਸਰੋਤਿਆਂ ਨੂੰ ਕਹੂੰਗਾ ਕਿ ਇਹਨੂੰ ਨਜ਼ਰ ਅੰਦਾਜ਼ ਨਾ ਕਰਿਓ, ਬੱਚਾ ਚੁੱਪ ਚਾਪ ਆ ਪਰ ਜਦੋਂ ਕੁਛ ਕਰਦਾ ਉਦੋਂ ਉਹਦੀ ਉਹਦੇ ਕਰਨ ਚ ਜ਼ੋਰ ਹੁੰਦਾ, ਉਹਦੀ ਰਿਸਰਚ ਅੱਛੀ ਹੁੰਦੀ ਆ। ਇਸ ਤੇ ਧਿਆਨ ਦੇਣ, ਮਤਲਬ ਆਪਾਂ ਇਹ ਨਾ ਮੰਨੀਏ ਕਿ ਬੱਚਾ ਉਈ ਪਾਰਟਿਸਿਪੇਟ ਨਹੀਂ ਕਰ ਰਿਹਾ ਜਾਂ ਚੁੱਪ ਚਾਪ ਆ ਜਾਂ ਸੁੱਤਾ ਪਿਆ ਰਹਿੰਦਾ ਸਾਈਡ ਰਹਿੰਦਾ, ਉਹਨੂੰ ਆਪਾਂ ਨਜ਼ਰ ਅੰਦਾਜ਼ ਨਾ ਕਰੀਏ। ਉਹ ਪਾਵਰ ਆ ਤੁਹਾਡੇ ਬੱਚੇ ਦੀ, ਤੁਸੀਂ ਗਿਫਟਡ ਹੋ। ਤੇ ਇਹੋ ਜਿਹੇ ਬੱਚੇ ਜਿਹੜੇ ਹੁੰਦੇ ਨੇ ਨਾ, ਉਹ ਜੇ ਕੋਈ ਫਿਰ ਕੁਐਸਚਨ ਪੁੱਛਦੇ ਨੇ ਆ ਕੇ, ਉਹ ਨਾ ਉਹਦੇ ਪਿੱਛੇ ਬਹੁਤ ਵੱਡੀ ਸਟੋਰੀ ਹੁੰਦੀ ਹੈ। ਮਤਲਬ ਜੇ ਬੱਚੇ ਨੇ ਕੁਝ ਪੁੱਛਿਆ ਫਿਰ ਆ ਕੇ, ਇਹਦਾ ਮਤਲਬ ਉਹ ਕੋਈ ਸੋਚ ਸਮਝ ਕੇ ਆਇਆ, ਉਹਨੇ ਕੁਝ ਅਨਾਲਿਸਿਸ ਕੀਤਾ ਆਪਣੇ ਦਿਮਾਗ ਦੇ ਵਿੱਚ, ਤੇ ਫਿਰ ਆ ਕੇ ਤੁਹਾਨੂੰ ਆ ਕੇ ਕੋਈ ਕੁਐਸਚਨ ਪੁੱਛਿਆ ਉਹਨੇ, ਹੈ ਨਾ। ਤੇ ਉਹਨੂੰ ਉਹਦੇ ਕੁਐਸਚਨ ਦਾ ਕੋਈ ਬੇਵਕੂਫਾ ਵਾਲਾ ਜਵਾਬ ਨਹੀਂ ਦੇਣਾ, ਮਤਲਬ ਨਜ਼ਰ ਅੰਦਾਜ਼ ਕਰਕੇ ਉਹਦਾ ਜਵਾਬ ਨਹੀਂ ਦੇਣਾ, ਉਹਦਾ ਫਸ ਜਾਂਦਾ ਬੰਦਾ, ਬੱਚੇ ਫਸਾ ਲੈਂਦੇ ਨੇ। ਮੈਂ ਨਾ ਸੁਖਨਾ ਝੀਲ ਤੇ ਬੈਠਾ ਤੇ ਮੇਰਾ ਬੇਟਾ ਨਾਲ ਬੈਠਾ, ਤੇ ਉੱਥੇ ਨਾ ਕੋਈ ਮੱਛੀਆਂ ਫੜ ਰਿਹਾ ਸੀਗਾ ਬੰਦਾ ਬੈਠਾ, ਤੇ ਅਸੀਂ ਦੋਨੋਂ ਬੈਠ ਗਏ। ਛੋਟਾ ਸੀ ਬੇਟਾ ਉਦੋਂ, ਮੈਨੂੰ ਲੱਗਦਾ ਹਾਰਡਲੀ 7-8 ਸਾਲ ਦਾ, ਤੇ ਕਹਿੰਦਾ ਪਾਪਾ ਇਹ ਮੱਛੀਆਂ ਪਾਣੀ ਚ ਕਿਉਂ ਨੇ? ਮੈਂ ਕਿਹਾ ਤੈਰਦੀਆਂ ਨੇ। ਕਹਿੰਦਾ ਪਾਪਾ ਤੁਹਾਨੂੰ ਵੀ ਤੈਰਨਾ ਆਉਂਦਾ? ਮੈਂ ਕਿਹਾ ਹਾਂ ਥੋੜਾ ਬਹੁਤ ਆਉਂਦਾ, ਮੈਂ ਪੂਲ ਪਾਲ ਤੈਰ ਲੈਂਦਾ। ਕਹਿੰਦਾ ਫਿਰ ਤੁਸੀਂ ਮੱਛੀਆਂ ਨਾਲ ਤੈਰ ਕੇ ਦਿਖਾਓ ਸੁਖਨਾ ਝੀਲ 'ਚ, ਮੈਨੂੰ ਕਹਿੰਦਾ ਹੈ ਨਾ। ਮੈਂ ਸੋਚਾਂ ਯਾਰ ਗੱਲ ਦੇਖੋ ਬਿਲਕੁਲ ਠੀਕ ਆ, ਮੈਨੂੰ ਤੈਰਨਾ ਆਉਂਦਾ ਪਰ ਮੈਂ ਸੁਖਨਾ ਝੀਲ 'ਚ ਕਿਉਂ ਨਹੀਂ ਤੈਰ ਪਾ ਰਿਹਾ? ਬਿਕੋਜ਼ ਆਫ ਫੀਅਰ, ਹੈ ਨਾ। ਮਤਲਬ ਮੈਨੂੰ ਉਦੋਂ ਪਤਾ ਲੱਗਿਆ ਕਿ ਬੱਚੇ ਨੇ ਦੇਖੋ ਕਿੰਨੀ ਛੇਤੀ ਕਨੈਕਟ ਕੀਤਾ ਕਿ ਜੇ ਮੱਛੀ ਤੈਰ ਸਕਦੇ ਆ, ਮੇਰੇ ਪਾਪਾ ਨੂੰ ਵੀ ਤੈਰਨਾ ਆਉਂਦਾ, ਤੇ ਇਹ ਸੁਖਨਾ ਝੀਲ 'ਚ ਕਿਉਂ ਨਹੀਂ ਤੈਰਦੇ? ਕਦੀ ਦੇਖਿਆ ਨਹੀਂ ਇਹਨਾਂ ਨੂੰ ਤੈਰਦੇ, ਹੈ ਨਾ। ਪਰ ਆਪਾਂ ਅੱਜ ਸੋਚਦੇ ਹਾਂ ਕਿ ਤੈਰਨ ਤੋਂ ਗਾਂਹ ਫੀਅਰ ਵੀ ਸੀਗਾ। ਮਤਲਬ ਇਹ ਕੁਐਸਚਨ ਆ ਆਪਣੇ ਵਾਸਤੇ ਵੀ, ਕੁਐਸਚਨ ਆ ਮੈਨੂੰ ਵੀ ਉਦੋਂ ਰਾਈਜ਼ ਹੋਇਆ ਕਿ ਮਤਲਬ ਯਾਰ ਗੋਰਿਆਂ ਨੂੰ ਤੈਰਦੇ ਦੇਖਿਆ ਮੈਂ ਝੀਲਾਂ ਦੇ ਵਿੱਚ,
ਅਸੀਂ ਜਾਣੇ ਆ ਤੇ ਕਿਤੇ ਆਰਾਮ ਨਾਲ ਦੇਖਦੇ ਹੋ ਗੋਰਾ ਨਹਿਰ ਚ ਨਹਾਈ ਜਾਂਦਾ, ਮਤਲਬ ਉਹਨਾਂ ਦਾ ਫੀਅਰ ਕੱਢ ਚੁੱਕੇ ਨੇ, ਪਰ ਅਸੀਂ ਲੋਕ ਆ ਅਸੀਂ ਸਵਿਮਿੰਗ ਪੂਲ ਚ ਨਹਾ ਸਕਦੇ ਹਾਂ, ਤੈਰ ਸਕਦੇ, ਪਰ ਅਸੀਂ ਕਿਤੇ ਓਪਨ ਝੀਲ ਚ ਨਹੀਂ ਤੈਰ ਸਕਦੇ। ਮਤਲਬ ਆਹ ਜਿਹੜੇ ਕੁਐਸਚਨਸ ਨੇ, ਕਿੱਥੋਂ ਵਾਏ ਇਫ, ਤੁਸੀਂ ਕਿਉਂ ਨਹੀਂ ਤੈਰ ਰਹੇ, ਹਨਾ, ਤੁਸੀਂ ਕਿਉਂ ਨਹੀਂ ਤੈਰ ਰਹੇ, ਮਤਲਬ ਇਹੋ ਜਿਹੀ ਗੱਲਾਂ ਕਰਨਗੇ, ਉਹ ਤੁਹਾਡੇ ਕੋਲ ਨਾ ਜਵਾਬ ਨਹੀਂ ਆਉਣਗੇ, ਤੁਹਾਡੇ ਪੈਰਾਂ ਤੋਂ ਲੋਕ ਕੱਢ ਲੈਣਗੇ ਜਵਾਕ ਜੇ, ਬੜੇ ਤੇਜ਼ ਹੁੰਦੇ ਨੇ ਇਹੋ ਜਿਹੀ ਗੱਲਾਂ। ਇਹ ਹੋਇਆ ਆਪਣਾ ਪਹਿਲਾਂ ਕਿ ਜਿਹੜੇ ਇੰਟਰੋਵਰਟ ਹੁੰਦੇ ਨੇ ਇਹ ਸੋਚਦੇ ਅੱਛਾ ਨੇ ਤੇ ਸੋਚਦੇ ਕਾਫੀ ਸੋਚਦੇ ਨੇ ਤੇ ਸੋਚਦੇ ਅੱਛਾ ਨੇ, ਹਨਾ, ਤੇ ਇਹ ਇਹਨਾਂ ਦੀ ਪਹਿਲੀ ਪੋਜ਼ਿਟਿਵ ਟ੍ਰੇਟ ਹੁੰਦੀ ਹੈ ਇੰਟਰੋਵਰਟ ਦੀ। ਦੂਜਾ ਇਹਨਾਂ ਦਾ ਹੈਗਾ ਕਿ ਇਹ ਨਾ ਜ਼ਿਆਦਾ ਟਾਈਮ ਤੱਕ ਫੋਕਸ ਕਰ ਸਕਦੇ ਨੇ ਕਿਸੇ ਵੀ ਚੀਜ਼ ਤੇ, ਲੰਬਾ ਲੰਬਾ ਫੋਕਸ ਕਰ ਸਕਦੇ ਨੇ, ਹਨਾ। ਤੇ ਇਹਦਾ ਬਹੁਤ ਵੱਡਾ ਵਧੀਆ ਐਗਜ਼ਾਮਪਲ ਦਿੱਤਾ ਹੈ ਕਿਤਾਬ ਦੇ ਵਿੱਚ ਆਈਨਸਟਾਈਨ ਦਾ, ਜਿਹੜਾ ਸਾਇੰਟਿਸਟ ਹੋਇਆ ਆਈਨਸਟਾਈਨ। ਕਹਿੰਦੇ ਉਹ ਨਾ ਸਕੂਲ ਦੇ ਵਿੱਚ ਬੜਾ ਇਕੱਲਾ ਘੁੰਮਦਾ ਰਹਿੰਦਾ ਹੁੰਦਾ ਸੀ, ਲੋਨਰ ਕਹਿੰਦੇ ਹੁੰਦੇ ਸੀ ਉਹਨੂੰ, ਪਾਗਲ ਜਿਹਾ ਕਹਿੰਦੇ ਹੁੰਦੇ ਸੀ ਉਹਨੂੰ ਲੋਨਰ, ਵੀ ਇਕੱਲਾ ਹੀ ਬੈਠਾ ਰਹਿੰਦਾ ਹੈ ਨਾ। ਤੇ ਜਦੋਂ ਕੋਈ ਟੀਚਰ ਵੀ ਪੜ੍ਹਾ ਰਹੀ ਹੁੰਦੀ ਸੀਗੀ ਬਹੁਤ ਸਾਇਲੈਂਟਲੀ ਸੁਣਦਾ ਹੁੰਦਾ ਸੀਗਾ, ਤੇ ਐਂ ਲੱਗਦਾ ਹੁੰਦਾ ਸੀਗਾ ਕਿ ਉਹ ਇੱਕ ਚੀਜ਼ 'ਤੇ ਅਟਕ ਗਿਆ, ਮਤਲਬ ਉਹਨੂੰ ਇਹੀ ਇੱਕ ਸਬਜੈਕਟ ਦੇ ਉੱਤੇ ਲੰਬਾ ਲੰਬਾ ਬੈਠ ਕੇ ਉਹ ਸੋਚਦਾ ਰਹਿੰਦਾ ਹੁੰਦਾ ਸੀਗਾ, ਤੇ ਉਹਨੂੰ ਡਿਕਲੇਅਰ ਇੱਦਾਂ ਹੀ ਕੀਤਾ ਹੋਇਆ ਸੀ ਵੀ ਇਹਨੂੰ ਕੋਈ ਪ੍ਰੋਬਲਮ ਹੈ, ਇਹਨੂੰ ਕੋਈ ਦਿਮਾਗੀ ਪ੍ਰੋਬਲਮ ਹੈ ਆਈਨਸਟਾਈਨ ਨੂੰ, ਹਨਾ। ਤੇ ਇਹ ਬੇਸਿਕਲੀ ਹੁੰਦਾ ਇਹ ਹੈ ਕਿ ਨਾ ਜਿਹੜੇ ਇਹੋ ਜਿਹੇ ਬੱਚੇ ਹੁੰਦੇ ਨੇ ਉਹ ਸਕਿੱਲ ਜਿਹੜੀ ਉਹਨਾਂ ਨੂੰ ਪਸੰਦ ਆਉਂਦੀ ਹੈ ਜਾਂ ਜਿਹਦੇ ਬਾਰੇ ਉਹ ਸੋਚਦੇ ਨੇ, ਲੰਬਾ ਸੋਚ ਕੇ ਫੋਕਸ ਤਰੀਕੇ ਨਾਲ ਸੋਚ ਕੇ ਉਹਦੇ 'ਤੇ ਨਾ ਕਿਸੇ ਵੀ ਸਬਜੈਕਟ 'ਤੇ ਮਾਸਟਰੀ ਕਰਦੇ ਨੇ, ਫਿਰ ਇਹ ਮਾਸਟਰ ਬਣ ਜਾਂਦੇ ਨੇ, ਕਿਉਂਕਿ ਨਾ ਇਹਨਾਂ ਕੋਲ ਬਹੁਤ ਟਾਈਮ ਹੁੰਦਾ ਹੈ ਇੱਕ ਚੀਜ਼ ਦੇ ਉੱਤੇ ਲਾਉਣ ਨੂੰ, ਬੇਸਿਕਲੀ ਵੇਸਟ ਨਹੀਂ ਕਰਦੇ ਆਪਣੇ ਟਾਈਮ ਨੂੰ, ਇੱਕ ਚੀਜ਼ ਨੂੰ ਸਿੱਖਣ ਤੇ ਪੂਰਾ ਜ਼ੋਰ ਲਾ ਦਿੰਦੇ ਨੇ, ਪੂਰਾ ਫੋਕਸ ਲਾ ਦਿੰਦੇ ਨੇ ਬੇਸਿਕਲੀ। ਹਾਂ, ਇੱਕ ਬੁੱਕ ਹੈਗੀ ਬਹੁਤ ਅੱਛੀ, ਡੀਪ ਵਰਕ, ਤੇ ਉਹ ਡੀਪ ਵਰਕ ਦੇ ਵਿੱਚ ਸਾਰਾ ਇਸੇ ਤੇ ਦੱਸਿਆ ਗਿਆ ਕਿ ਕਾਰਲ ਜੁੰਗ ਨੇ ਵੀ ਜਦੋਂ ਆਪਣੀ ਸਾਰੀ ਇਹ ਸਾਈਕੋਲੋਜੀ ਦੀ ਰਿਸਰਚ ਕੀਤੀ ਤੇ ਉਸ ਟਾਈਮ ਉਹਨਾਂ ਦਾ ਤਰੀਕਾ ਹੀ ਇਹ ਸੀਗਾ ਕਿ ਉਹ 15-15 ਦਿਨਾਂ ਵਾਸਤੇ ਉਹਨਾਂ ਨੇ ਇੱਕ ਹੱਟ ਬਣਾਈ ਹੋਈ ਸੀਗੀ ਕਿਤੇ ਦੂਰ, ਉੱਥੇ ਚਲੇ ਜਾਂਦੇ ਸੀ, ਉਹਨੂੰ ਲੋਕ ਲਾ ਲੈਂਦੇ ਸੀ, ਕਹਿੰਦੇ ਹੱਟ ਨੂੰ ਅੰਦਰੋਂ ਕੁੰਡੀ ਲਾ ਲੈਂਦੇ ਸੀ ਮੈਨੂੰ ਕੋਈ ਤੰਗ ਨਾ ਕਰੇ, ਤੇ 15-15-20-20 ਦਿਨ ਬੈਠ ਕੇ ਰਿਸਰਚ ਪੇਪਰ ਲਿਖਦੇ ਰਹੇ ਨੇ ਇਹ, ਤੇ ਇਹਨਾਂ ਨੇ ਬੜੀਆਂ ਕਿਤਾਬਾਂ ਐਂ ਲਿਖੀਆਂ ਨੇ। ਤਾਂ ਜਿਹੜਾ ਐਕਸਟ੍ਰੋਵਰਟ ਹੁੰਦਾ ਨਾ ਉਹ ਬੇਸਿਕਲੀ ਦੇਖੋ, ਤੁਸੀਂ ਕਦੀ ਵੀ ਦੇਖਿਓ ਤੁਸੀਂ ਇੱਕ ਨਾ ਕੰਸਨਟ੍ਰੇਸ਼ਨ ਬਿਲਡ ਕਰਨ 'ਚ ਹੀ ਬੰਦੇ ਦਾ ਨਾ 15 ਮਿੰਟ ਅੱਧਾ ਘੰਟਾ ਲੱਗ ਜਾਂਦਾ ਨੋਰਮਲੀ, ਕੋਈ ਵੀ ਚੀਜ਼ ਬਾਰੇ ਫੋਕਸ ਦੁਬਾਰਾ ਤੋਂ ਲੈ ਕੇ ਆਉਂਦੇ, ਅਤੇ ਤੁਹਾਡਾ ਫੋਕਸ ਬਾਰ ਬਾਰ ਟੁੱਟੇ ਬਾਰ ਬਾਰ ਟੁੱਟੇ, ਤਾਂ ਤੁਸੀਂ ਡੈਪਥ 'ਚ ਨਹੀਂ ਜਾ ਸਕਦੇ, ਡੀਪ ਨਹੀਂ ਜਾ ਸਕਦੇ, ਤੁਸੀਂ ਦੁਬਾਰਾ ਤੋਂ ਉੱਪਰਲੀ ਪਰਤ ਤੋਂ ਸ਼ੁਰੂ ਹੋਵੋਗੇ, ਫਿਰ ਅੰਦਰ ਜਾਵੋਗੇ, ਫਿਰ ਟੁੱਟ ਜੂਗਾ, ਫਿਰ ਹੋ ਜਾਓਗੇ, ਵਿਆਹ ਆਜੂ ਕਿਸੇ ਦਾ, ਕੋਈ ਦੋਸਤ ਆ ਗਿਆ, ਕਿਸੇ ਦੀ ਪਾਰਟੀ ਆ ਗਈ, ਤੁਸੀਂ ਡੀਪ ਵਰਕ ਨਹੀਂ ਕਰ ਸਕਦੇ। ਤੇ ਜਿੰਨਾ ਵੀ ਡੀਪ ਵਰਕ ਕਰਨਾ ਹੁੰਦਾ ਉਹ ਹੁੰਦਾ ਕਿ ਜੇ ਤੁਸੀਂ ਬਹੁਤ ਆਪਣੇ ਬਾਲ ਦੀ ਖਾਲ ਉਧੇੜ ਦਿਓ, ਆਪਾਂ ਕਹਿ ਦਿੰਦੇ ਨੇ ਪੂਰੀ ਐਂ ਜੜ ਤੱਕ ਜਾਣਾ, ਉਹ ਤਾਂ ਹੁੰਦਾ ਜੇ ਤੁਸੀਂ ਲਗਾਤਾਰ ਕਿੰਨੇ ਕਿੰਨੇ ਦਿਨ ਇੱਕ ਸਬਜੈਕਟ ਬਾਰੇ ਸੋਚੀ ਜਾਵੋਗੇ ਤੇ ਤੁਹਾਨੂੰ ਕੋਈ ਅਬਸਟਰਕਟ ਨਾ ਕਰੇ, ਤੇ ਉਹ ਐਕਸਟ੍ਰੋਵਰਟ ਵਾਸਤੇ ਕਾਫੀ ਮੁਸ਼ਕਿਲ ਹੋ ਜਾਂਦਾ, ਕਿਉਂਕਿ ਐਕਸਟ੍ਰੋਵਰਟ ਦਾ ਇੰਨਾ ਟਾਈਮ ਉਹ ਫੋਕਸ ਨਹੀਂ ਕਰ ਸਕਦਾ। ਇੰਟਰੋਵਰਟ ਮੈਂ ਇਹਨੂੰ ਨਾ ਪਹਿਲਾਂ ਨੈਗੇਟਿਵ ਲੈਂਦਾ ਸੀਗਾ, ਕਿਉਂਕਿ ਕਦੀ ਕਦੀ ਜਿਵੇਂ ਕੋਈ ਪ੍ਰੋਬਲਮ ਹੁੰਦੀ ਸੀ ਮੈਂ ਪ੍ਰੋਬਲਮ ਬਾਰੇ ਸੋਚੀ ਜਾਂਦਾ ਹੁੰਦਾ ਸੀ, ਮੈਨੂੰ ਕਈ ਲੋਕ ਕਹਿੰਦੇ ਹੁੰਦੇ ਸੀ ਮੁੰਝੇ ਤੇ, ਮਤਲਬ ਮੈਨੂੰ ਵੀ ਖੁਦ ਵੀ ਲੱਗਣ ਲੱਗ ਗਿਆ ਸੀਗਾ ਯਾਰ ਇਹ ਤਾਂ ਬਿਮਾਰੀ ਟਾਈਪ ਆ ਕੋਈ, ਕਿ ਇਹ ਲੋਕ ਭੁੱਲ ਜਾਂਦੇ ਨੇ, ਮੈਂ ਤਾਂ ਭੁੱਲਿਆ ਕਿ ਨਹੀਂ ਜਾਂਦਾ, ਲੋਕ ਬੜੀ ਛੇਤੀ ਨੋਰਮਲ ਹੋ ਜਾਂਦੇ ਨੇ, ਸਾਤੋਂ ਨੋਰਮਲ ਕਿਉਂ ਨਹੀਂ ਹੋਇਆ ਜਾਂਦਾ ਛੇਤੀ ਛੇਤੀ। ਇੰਟਰੋਵਰਟਸ ਨੂੰ ਐਂ ਲੱਗਦਾ ਕਿ ਯਾਰ ਲੋਕ ਤਾਂ ਭੁੱਲ ਵੀ ਗਏ, ਦੁਬਾਰਾ ਤੋਂ ਮਿਕਸ ਅਪ ਹੋ ਗਏ, ਮਿੱਟੀ ਪਾਓ ਜਾਂ ਰਾਤ ਗਈ ਬਾਤ ਗਈ, ਹਨਾ, ਤਾਂ ਉਹ ਸਾਰੀ ਚੀਜ਼ਾਂ ਨੇ। ਫਿਰ ਮੈਨੂੰ ਲੱਗ ਰਿਹਾ ਕਿ ਇੱਥੇ ਕਾਫੀ ਡਰੱਗਸ ਦਾ ਵੀ ਇਸ਼ੂ ਆ ਜਾਂਦਾ ਹੋਊਗਾ, ਕਿਉਂਕਿ ਇਹ ਕਾਫੀ ਸਟ੍ਰੈਸਫੁਲ ਕੰਮ ਹੁੰਦਾ,
ਲਗਾਤਾਰ ਡੀਪ ਸੋਚਣਾ ਤਾਂ ਲੋਕ ਥਕਾਨ ਵੀ ਹੁੰਦੀ ਹੈ ਇਹਦੇ ਨਾਲ, ਕਾਫੀ ਥਕਾਨ ਹੋ ਜਾਂਦੀ ਹੈ ਬੰਦੇ ਨੂੰ, ਫਿਜ਼ੀਕਲੀ ਥਕਾਨ ਹੁੰਦੀ ਹੈ ਤੇ ਉਹਨੂੰ ਲੱਗਦਾ ਕਿ ਮੈਂ ਖਾਣਾ ਖੂਨਾ ਮੇਰੇ ਸਰੀਰ ਨੂੰ ਲੱਗ ਹੀ ਨਹੀਂ ਰਿਹਾ ਕਿਉਂਕਿ ਬ੍ਰੇਨ ਹੀ ਬਹੁਤ ਜ਼ਿਆਦਾ ਖਿੱਚ ਰਿਹਾ, ਤੇ ਫਿਰ ਲੋਕ ਥੱਕ ਕੇ ਡਰੱਗ ਲੈ ਲੈਂਦੇ ਨੇ, ਡਰਿੰਕ ਕਰਨ ਲੱਗ ਜਾਣਗੇ, ਦਾਰੂ ਪੀਣ ਲੱਗ ਜਾਣਗੇ, ਕਿਉਂਕਿ ਲਗਾਤਾਰ ਸੋਚਣਾ ਬੜਾ ਔਖਾ। ਪਰ ਇਹ ਜੇ ਤੁਸੀਂ ਇਸ ਇਸ ਨੂੰ ਨਰਚਰ ਕਰੋ, ਇਸ ਕਲਾ ਨੂੰ ਨਿਖਾਰੋ, ਤਾਂ ਮੈਂ ਮੰਨਦਾ ਕਿ ਸੌਣਾ ਤੇ ਸੋਚਣ ਦਾ ਕੰਬੀਨੇਸ਼ਨ ਬਹੁਤ ਅੱਛਾ। ਹੁਣ ਮੈਂ ਖੁਦ ਇਹ ਕਰਦਾ ਜਦੋਂ ਮੈਂ ਕਿਸੇ ਆਪਣੇ ਪ੍ਰੋਜੈਕਟ ਤੇ ਕੰਮ ਕਰ ਰਿਹਾ, ਜਿਵੇਂ ਅਸੀਂ ਕੋਈ ਡੀਪ ਪ੍ਰੋਜੈਕਟ ਜਿਵੇਂ MBTI ਲੈ ਕੇ ਆਏ ਸੀ ਜਾਂ ਹੁਣ ਅੱਗੇ ਫਲੋ ਦਾ ਲੈ ਕੇ ਆ ਰਿਹਾ, ਮੈਂ ਫਿਰ ਸੈਰ ਸੂਰ ਵੀ ਛੱਡ ਦਿੰਦਾ, ਮੈਂ ਐਕਸਰਸਾਈਜ਼ ਵੀ ਛੱਡ ਦਿੰਦਾ ਥੋੜੇ ਦਿਨਾਂ ਵਾਸਤੇ। ਮਤਲਬ ਜੇ 10 ਕੁ ਦਿਨਾਂ ਵਾਸਤੇ ਐਕਸਰਸਾਈਜ਼ ਸੈਰ ਵੀ ਕਰਨ ਦੀ ਲੋੜ ਨਹੀਂ, ਤੁਸੀਂ ਦੱਬ ਕੇ ਸੋਚੋ ਤੇ ਸੌਂ ਜਾਓ, ਦੱਬ ਕੇ ਸੋਚੋ ਤੇ ਸੌਂ ਜਾਓ 10 ਕੁ ਦਿਨਾਂ ਵਾਸਤੇ, ਠੀਕ ਹੈ ਪ੍ਰੋਜੈਕਟ ਖਤਮ ਹੋ ਗਿਆ, ਫਿਰ ਤੁਸੀਂ ਚਲੋ ਆਪਣਾ ਫਿਜ਼ੀਕਲ ਵੱਲ ਧਿਆਨ ਦਿਓ, ਬਾਕੀ ਚੀਜ਼ਾਂ ਵੱਲ ਧਿਆਨ ਦਿਓ। ਪਰ ਜੇ ਤੁਸੀਂ ਤੈਅ ਤੱਕ ਜਾਣਾ ਚਾਹੁੰਦੇ ਹੋ ਕਿਸੇ ਚੀਜ਼ ਦੇ, ਤੁਸੀਂ ਅੱਛਾ ਡੀਪ ਵਰਕ ਲੈ ਕੇ ਆਉਣਾ ਚਾਹੁੰਦੇ ਹੋ, ਤੁਸੀਂ ਸੀਰੀਅਸਲੀ ਪ੍ਰੋਬਲਮ ਸੋਲਵ ਕਰਨਾ ਚਾਹੁੰਦੇ ਹੋ, ਨਹੀਂ ਪ੍ਰੋਬਲਮਸ ਨਾ ਸ਼ੈਲੋ ਥਿੰਕਿੰਗ ਨਾਲ ਪ੍ਰੋਬਲਮ ਸੋਲਵ ਨਹੀਂ ਹੁੰਦੀ, ਉਹ ਸਿਰਫ ਇੱਕ ਨਾ ਭੁਲੇਖਾ ਜਿਹਾ ਲੱਗਦਾ ਕਿ ਮੈਂ ਪ੍ਰੋਬਲਮ ਸੋਲਵ ਕਰ ਲਈ। ਜੇ ਤੁਸੀਂ ਸੀਰੀਅਸਲੀ ਪ੍ਰੋਬਲਮ ਸੋਲਵ ਕਰਨੀ, ਤੁਹਾਡੇ ਘਰ 'ਚ ਕੋਈ ਡਰੱਗ ਦੀ ਪ੍ਰੋਬਲਮ ਆ, ਤੁਹਾਡੇ ਘਰ ਦੇ ਵਿੱਚ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਆ, ਕੋਈ ਇਮੋਸ਼ਨਲ ਇਸ਼ੂ ਆ, ਕੋਈ ਰਿਲੇਸ਼ਨਸ਼ਿਪ ਇਸ਼ੂਜ਼ ਨੇ, ਜਿਸ ਤੁਸੀਂ ਉਹਨੂੰ ਸੀਰੀਅਸਲੀ ਸੋਲਵ ਕਰਨੀ ਆ, ਤਾਂ ਤੁਹਾਨੂੰ ਬਹੁਤ ਡੀਪ ਜਾ ਕੇ ਇੰਟਰੋਸਪੈਕਟ ਕਰਨਾ ਪੈਂਦਾ, ਤਾਂ ਉਹਦੇ ਵਾਸਤੇ ਇਹ ਬਹੁਤ ਅੱਛੀ ਚੀਜ਼ ਆ। ਅਤੇ ਇਹ ਐਕਸਟ੍ਰੋਵਰਟ, ਮੈਨੂੰ ਨਾ ਤਰਸ ਆਉਂਦਾ ਐਕਸਟ੍ਰੋਵਰਟ ਵਾਸਤੇ ਕਿ ਉਹਨਾਂ ਦੇ ਵਿੱਚ ਇਹ ਸਾਰੀ ਚੀਜ਼ਾਂ ਨਹੀਂ ਹੈਗੀਆਂ, ਉਹਨਾਂ ਉਹ ਨਹੀਂ ਕਰ ਸਕਣਗੇ, ਬਿਲਡ ਹੀ ਉਸ ਟਾਈਪ ਨੇ। ਮਤਲਬ ਐਜ਼ ਅ ਇੰਟਰੋਵਰਟ ਐਕਸਟ੍ਰੋਵਰਟ ਦਾ ਕੰਮ ਕਰ ਲੈਂਦੇ ਆ ਪੇਮੈਂਟ ਕਰਕੇ ਵੀ, ਐਜ਼ ਅ ਇੰਟਰੋਵਰਟ ਮੈਂ ਕਿਤੇ ਵਿਆਹ ਤੇ ਜਾਣਾ, ਮੈਨੂੰ ਇਨਵਾਈਟ ਕੀਤਾ ਗਿਆ, ਮੈਂ ਨਹੀਂ ਜਾਊਂਗਾ, ਮੈਂ ਆਪਣੀ ਵਾਈਫ ਨੂੰ ਭੇਜ ਦੂੰਗਾ, ਆਪਣੇ ਮਦਰ ਨੂੰ ਭੇਜ ਦੂੰਗਾ, ਕਿਸੇ ਨੂੰ ਕਹਿ ਦੂੰਗਾ, ਜਾਂ ਫਟਾਫਟ ਜਾ ਕੇ ਮੁੜਿਆਊਂਗਾ, ਹੈ। ਪਰ ਜੋ ਕੰਮ ਇੰਟਰੋਵਰਟ ਕਰਦਾ, ਜੇ ਐਕਸਟ੍ਰੋਵਰਟ ਨੂੰ ਲੋਡ ਪੈਂਦੀ, ਉਹ ਪੈਸੇ ਨਾਲ ਨਹੀਂ ਕੀਤਾ ਜਾਂਦਾ, ਤੁਹਾਨੂੰ ਖੁਦ ਅੰਦਰ ਵੜ ਕੇ ਕਰਨਾ ਪੈਣਾ, ਜਿਹੜੀ ਇੱਕ ਜਿਹੜਾ ਇੱਕ ਸਕਿੱਲ ਆ, ਬਾਏ ਡਿਫਾਲਟ ਹੀ ਬੋਰਨ ਹੋ ਤੁਸੀਂ, ਇਹ ਸਿੱਖਿਆ ਨਹੀਂ ਜਾ ਸਕਦਾ। ਤੇ ਇਹ ਹੋ ਗਏ ਦੋ, ਇੱਕ ਪਹਿਲਾਂ ਆਪਾਂ ਕਿਹਾ ਕਿ ਸੋਚਦੇ ਨੇ, ਦੂਸਰਾ ਆਪਾਂ ਕਿਹਾ ਕਿ ਫੋਕਸ ਲੰਬੇ ਸਮੇਂ ਤੱਕ ਫੋਕਸ ਕਰ ਸਕਦੇ ਨੇ, ਤੇ ਤੀਸਰਾ ਹੈਗਾ ਇਹਦੇ 'ਚ ਕਿ ਇਹ ਨਾ ਇਹ ਦੇਖਿਆ ਗਿਆ ਕਿ ਜਿਹੜੇ ਇੰਟਰੋਵਰਟ ਹੁੰਦੇ ਨੇ ਨਾ, ਕਿਸੇ ਨਾ ਕਿਸੇ ਫੀਲਡ ਦੇ ਵਿੱਚ ਗਿਫਟਿਡ ਹੁੰਦੇ ਨੇ। ਗਿਫਟਿਡ ਮਤਲਬ ਇਹਨਾਂ ਨੂੰ ਖਾਸ ਕੀ ਕਹਿੰਦੇ ਨੇ, ਬਖਸ਼ਿਸ਼ ਹੁੰਦੀ ਹੈ ਰੱਬ ਵੱਲੋਂ ਹੀ, ਵੀ ਮਾਹਿਰਤਾ ਹਾਸਿਲ ਹੁੰਦੀ ਹੈ ਇਹਨੂੰ ਕਿਸੇ ਨਾ ਕਿਸੇ ਸਬਜੈਕਟ 'ਤੇ, ਇਨਫੋਰਮੇਸ਼ਨ ਬਹੁਤ ਵਧੀਆ ਹੁੰਦੀ ਹੈ। ਅਤੇ ਕਹਿੰਦੇ ਜਿਹੜੇ ਅੱਜ ਤੱਕ ਜਿੰਨੇ ਵੀ ਗਿਫਟਿਡ ਲੋਕ ਉੱਭਰ ਕੇ ਆਏ ਨੇ ਦੁਨੀਆ ਦੇ ਵਿੱਚ, ਕੋਈ ਸਾਇੰਟਿਸਟ ਵਗੈਰਾ ਜਾਂ ਜੋ ਵੀ ਹੋਰ ਵੀ ਲੋਕ ਆਏ ਨੇ, ਉਹਨਾਂ 'ਚੋਂ ਕਹਿੰਦੇ 70% ਜਿਹੜੇ ਲੋਕ ਸੀ ਉਹ ਇੰਟਰੋਵਰਟ ਟਾਈਪ ਸੀਗੇ, ਜਿਹਨਾਂ ਦਾ ਸਕਿੱਲ ਗਿਫਟਿਡ ਸਕਿੱਲ ਉੱਭਰ ਕੇ ਆਇਆ ਕਰਕੇ। ਤਾਂ ਇਹਨੂੰ ਆਪਾਂ ਐਂ ਕਹਿ ਸਕਦੇ ਹਾਂ ਕਿ ਜਿਹੜੇ ਇੰਟਰੋਵਰਟ ਲੋਕ ਹੁੰਦੇ ਨੇ, ਕਿਉਂਕਿ ਉਹ ਸੋਚਦੇ ਜ਼ਿਆਦਾ ਨੇ, ਇੰਟਰਨਲ ਵਰਕ ਜ਼ਿਆਦਾ ਕਰਦੇ ਨੇ, ਤਾਂ ਉਹ ਆਪਣੇ ਅੰਦਰ ਛੁਪੇ ਹੋਏ ਸਕਿੱਲ ਨੂੰ ਪਛਾਣ ਲੈਂਦੇ ਨੇ ਬੇਸਿਕਲੀ ਜ਼ਿਆਦਾ। ਐਕਸਟ੍ਰੋਵਰਟ ਕਿਉਂਕਿ ਬਾਹਰ ਭਜੂ ਭਜੂ ਕਰਦਾ ਰਹਿੰਦਾ, ਅੰਦਰ ਵੜਦਾ ਹੀ ਨਹੀਂ ਆਪਣੇ, ਤਾਂ ਈਵਨ ਜੇ ਉਹ ਗਿਫਟਿਡ ਹੋਣ ਤਾਂ ਉਹਨਾਂ ਦੀ ਜਿਹੜੀ ਰੇਸ਼ੋ ਆਪਣੇ ਆਪ ਨੂੰ ਪਛਾਣਨ ਦੀ, ਪੋਸੀਬਿਲਿਟੀ ਜਾਂ ਪ੍ਰੋਬੇਬਿਲਿਟੀ ਕਹਿੰਦੇ ਹਾਂ ਜਿਹਨੂੰ ਆਪਾਂ, ਉਹ ਐਕਸਟ੍ਰੋਵਰਟ ਦੀ ਘੱਟ ਹੁੰਦੀ ਹੈ, ਕਿਉਂਕਿ ਉਹ ਇਨਰ ਵਰਕ ਨਹੀਂ ਕਰਦੇ, ਅੰਦਰ ਕੰਮ ਨਹੀਂ ਕਰਦੇ ਆਪਣੇ, ਜਦਕਿ ਐਕਸਟ੍ਰੋਵਰਟ ਮੋਸਟਲੀ ਅੰਦਰਲਾ ਕੰਮ ਕਰਦੇ ਨੇ, ਤਾਂ ਉਹ ਆਪਣੇ ਕਿਤੇ ਨਾ ਕਿਤੇ ਆਪਣੇ ਸਕਿੱਲ ਨੂੰ ਨਿਖਾਰ ਲੈਂਦੇ ਨੇ, ਪਛਾਣ ਲੈਂਦੇ ਨੇ ਗਿਫਟਿਡ ਸਕਿੱਲ। ਐਕਸਟ੍ਰੋਵਰਟ ਦੇ ਕੋਲ ਨਾ ਡਿਸਟਰੈਕਸ਼ਨ ਬਹੁਤ ਆ, ਐਕਸਟ੍ਰੋਵਰਟ ਡਿਸਟਰੈਕਟ ਰਹਿੰਦਾ, ਤਾਂ ਡਿਸਟਰੈਕਟ ਰਹਿਣ ਕਰਕੇ ਉਹ ਨਾ ਕਾਫੀ ਸਾਰੀ ਚੀਜ਼ਾਂ ਦੇ ਵਿੱਚ ਮੀਡੀਓਕਰ ਬਣ ਜਾਂਦਾ ਐਕਸਟ੍ਰੋਵਰਟ। ਜਿਹੜਾ ਇੰਟਰੋਵਰਟ ਹੁੰਦਾ ਬਾਏ ਡਿਫਾਲਟ, ਕਿਉਂਕਿ ਉਹਦਾ ਦਿਲ ਕਰਦਾ ਕਿ ਮੈਂ ਥੋੜ੍ਹਾ ਇਕੱਲਾ ਰਹਾਂ,
ਥੋੜਾ ਸੋਚਾਂ ਸਮਝਾਂ ਤੇ ਉਹਦੀ ਡਿਸਟਰੈਕਸ਼ਨਸ ਘੱਟ ਨੇ। ਤਾਂ ਜਦੋਂ ਛੋਟਾ ਬੱਚਾ ਹੁੰਦਾ, ਉਹ ਬੱਚਾ ਛੋਟੇ ਹੁੰਦੇ ਹੀ ਕਿਤੇ ਵੀ ਇੰਟਰਸਟ ਬਣ ਗਿਆ ਉਹਦਾ, ਉਹਨੂੰ ਨੇੜੇ ਤੇੜੇ ਕੁਛ ਵੀ ਦੇਖ ਗਿਆ, ਆਪਣੇ ਪਰਿਵਾਰ 'ਚ ਦੇਖ ਗਿਆ, ਆਪਣੇ ਸਕੂਲ 'ਚ ਦੇਖ ਗਿਆ, ਆਪਣੇ ਦੋਸਤਾਂ 'ਚ ਕੁਛ ਦੇਖ ਗਿਆ, ਤਾਂ ਬੱਚੇ ਦਾ ਬਿਹੇਵੀਅਰ ਇਸ ਟਾਈਪ ਦਾ ਹੁੰਦਾ ਕਿ ਉਹਦੀ ਨਾ ਉਹਦੀ ਡਿਸਟਰੈਕਸ਼ਨ ਨਹੀਂ ਹੈਗੀ, ਉਹ ਟੁੱਟਦਾ ਨਹੀਂ, ਉਹਦੀ ਕੰਸੈਂਟਰੇਸ਼ਨ ਬਣਨੀ ਸਟਾਰਟ ਹੋ ਜਾਂਦੀ ਆ। ਤਾਂ ਛੋਟੇ ਹੁੰਦੇ ਜਦੋਂ ਉਹਦੀ ਕਿਸੇ ਵੀ ਚੀਜ਼ 'ਤੇ ਕੰਸੈਂਟਰੇਸ਼ਨ ਬਣਨੀ ਸ਼ੁਰੂ ਹੋ ਗਈ, ਤਾਂ ਉਹਨੂੰ ਉਹ ਲੰਬਾ ਤੋਰ ਲੈਂਦਾ, ਲੰਬਾ ਤੋਰ ਲੈਂਦਾ, ਤਾਂ ਉਹਦਾ ਇੱਕ ਸਕਿੱਲ ਸੈੱਟ ਬਣ ਜਾਂਦਾ, ਜਿੱਥੇ ਉਹ ਬੱਚਾ ਥੋੜ੍ਹਾ ਤੁਹਾਨੂੰ ਐਕਸਟਰਾਆਰਡੀਨਰੀ ਲੱਗੂਗਾ, ਕਿਉਂਕਿ ਉਹਦੀ ਗੱਲਾਂ ਦੇ ਵਿੱਚ ਜਦੋਂ ਉਸ ਸਬਜੈਕਟ ਨੂੰ, ਉਸ ਪਰਟੀਕੁਲਰ ਟੋਪਿਕ ਨੂੰ ਤੁਸੀਂ ਡਿਸਕਸ ਕਰੋਗੇ, ਤੁਹਾਨੂੰ ਨੀਟ ਐਂਡ ਕਲੀਨ ਦਿਖੂਗਾ ਕਿ ਇਹ ਬੱਚਾ ਯਾਰ ਆਪਣੀ ਉਮਰ ਤੋਂ ਵੱਧ ਕੇ ਗੱਲ ਕਰ ਰਿਹਾ। ਮੈਂ ਦੇਖਿਆ ਕਈ ਬੱਚੇ ਨੇ, ਉਹਨਾਂ ਨੂੰ ਆਇਰੋਡਾਇਨਾਮਿਕਸ ਦਾ ਬੜਾ ਗਿਆਨ ਆ, ਬਹੁਤ ਜ਼ਿਆਦਾ ਹੁੰਦਾ, ਹੈ ਨਾ। ਅਸੀਂ ਸੋਚਦੇ ਹਾਂ ਯਾਰ ਅਸੀਂ ਇੰਨੇ ਇੰਨੇ ਵੱਡੇ ਹੋ ਗਏ, ਸਾਨੂੰ ਨਹੀਂ ਹਿਸਾਬ ਪਤਾ ਜਹਾਜ਼ ਦਾ ਕੋਕਪਿਟ ਕਿਵੇਂ ਆ, ਫਲਾਨਾ ਕਿਵੇਂ ਆ, ਧਮਕਾਣਾ ਕਿਵੇਂ ਆ, ਤੇ ਬੱਚਿਆਂ ਨੂੰ ਬਹੁਤ ਗਿਆਨ ਆ। ਤਾਂ ਇਹ ਬੱਚੇ ਨਾ ਜਿਵੇਂ ਕੋਈ ਕਾਰਟੂਨ ਦੇਖ ਲਿਆ, ਉਹ ਤੋਂ ਸਿੱਖ ਚੀਜ਼ ਸਿੱਖ ਲਈ, ਕੋਈ ਵੀ ਚੀਜ਼, ਹਾਂ, ਇੰਸਪਾਇਰ ਬੜੀ ਬੜੀ ਬਹੁਤ ਜ਼ਿਆਦਾ ਹੁੰਦੇ ਨੇ ਤੇ ਇਹ ਕੰਮ ਕਰਦੇ ਰਹਿੰਦੇ ਨੇ। ਤੇ ਇੱਕ ਆਪਣੇ ਉਰੇ ਸਕੂਲ ਆ ਸਾਡੇ, ਹੋਮ ਆਪਣੇ ਸੈਲਫ ਲਰਨਿੰਗ ਜਾਂ ਸਕੂਲ ਆ, ਕੋਵੇਦਾ ਕਹਿੰਦੇ ਨੇ, ਕਾਫੀ ਉਹ ਇਸੇ ਤੇ ਧਿਆਨ ਦਿੰਦਾ। ਉਹ ਕਹਿੰਦੇ ਸੀ ਸਭ ਤੋਂ ਪਹਿਲਾਂ ਦਿੰਦੇ ਕਿ ਛੋਟਾ ਬੱਚਾ ਕਿਸ ਗੱਲ ਦੇ ਵਿੱਚ ਇੰਟਰਸਟ ਲੈ ਰਿਹਾ, ਤੇ ਜੇ ਕਹਿੰਦੇ ਜਿਵੇਂ ਉਹਨੇ ਮੰਨ ਕੇ ਚੱਲੋ, ਉਹਨਾਂ ਨੇ ਮੈਡਮ ਨੇ ਜਸਪ੍ਰੀਤ ਠੱਕਰ ਉਹਨਾਂ ਨੇ ਸਮਝਾਇਆ ਕਿ ਜੇ ਬੱਚੇ ਨੂੰ ਮੰਨ ਕੇ ਚੱਲੋ ਮਾੜਾ ਜਿਹਾ ਵੀ ਉਹਨੂੰ ਐਰੋਪਲੇਨ ਅੱਛਾ ਲੱਗਣ ਲੱਗ ਗਿਆ ਨਾ, ਤਾਂ ਅਸੀਂ ਕਹਿੰਦੇ ਉਹਨੂੰ ਕਾਗਜ਼ ਦਾ ਬਣਾਵਾਂਗੇ, ਫਿਰ ਉਹਨੂੰ ਡਾਕੂਮੈਂਟਰੀ ਦਿਖਾਵਾਂਗੇ, ਫਿਰ ਉਹਨੂੰ ਅਸੀਂ ਐਰੋਡ੍ਰਮ ਵੀ ਲੈ ਕੇ ਜਾਵਾਂਗੇ, ਜੇ ਹੋ ਸਕਿਆ ਅਸੀਂ ਉਹਨੂੰ ਜਹਾਜ਼ ਦੇ ਵਿੱਚ ਬਿਠਾ ਕੇ ਗੇੜਾ ਵੀ ਦਵਾਵਾਂਗੇ, ਕੈਪਟਨ ਨਾਲ ਵੀ ਮਿਲਾਵਾਂਗੇ। ਤਾਂ ਇਹ ਨਾ ਇਹ ਨਿਖਾਰ ਦਿੰਦੇ ਨੇ ਉਹਦਾ ਕਲਾ, ਕਿ ਜਿਹਦੇ 'ਚ ਇੱਕ ਇੰਟਰੋਵਰਟ 15 ਸਾਲ ਦਾ ਬੱਚੇ ਦਾ ਨੌਲੇਜ ਲੈਵਲ 35-40 ਸਾਲ ਦੇ ਬੰਦੇ ਦੇ ਬਰਾਬਰ ਆ ਜਾਂਦਾ ਬਹੁਤ ਜਲਦੀ। ਹਾਂ, ਤੇ ਇਹ ਆਪਣੇ ਅਗੇਨ ਆਪਾਂ ਬੱਚਿਆਂ ਤੇ ਥੋੜਾ ਜ਼ਿਆਦਾ ਫੋਕਸ ਕਰ ਰਹੇ ਹਾਂ ਕਿ ਜੇ ਤੁਹਾਡੇ ਬੱਚੇ 'ਚ ਤੁਹਾਨੂੰ ਲੱਗਿਆ ਕਿ ਇੰਟਰੋਵਰਟ ਹੈ ਤੇ ਉਹ ਕਿਸੇ ਪਰਟੀਕੁਲਰ ਚੀਜ਼ ਦੇ ਵਿੱਚ ਉਹਦਾ ਇੰਟਰਸਟ ਸਪੈਸੀਫਿਕ ਹੈ, ਤਾਂ ਪੇਰੈਂਟਸ ਨੂੰ ਵੀ ਹੈਲਪ ਕਰਨੀ ਚਾਹੀਦੀ ਉਹਨੂੰ ਉਭਾਰਨ ਵਾਸਤੇ, ਕਿਉਂਕਿ ਹੋ ਸਕਦਾ ਕਿ ਉਹਦਾ ਗਿਫਟਿਡ ਸਕਿੱਲ ਹੋਵੇ ਉਹ ਉਸ ਫੀਲਡ ਦੇ ਵਿੱਚ, ਹੈ ਨਾ, ਤੇ ਬੱਚਾ ਬਹੁਤ ਵਧੀਆ ਕੁਛ ਕੰਟਰੀਬਿਊਟ ਕਰ ਸਕੇ ਉਸ ਸਕਿੱਲ ਦੇ ਨਾਲ। ਤੇ ਇਹ ਹੋ ਗਈਆਂ ਤਿੰਨ ਚੀਜ਼ਾਂ, ਤੇ ਚੌਥੀ ਚੀਜ਼ ਜਿਹੜੀ ਹੁੰਦੀ ਹੈ ਇੰਟਰੋਵਰਟ ਦੀ ਬਹੁਤ ਵਧੀਆ ਚੀਜ਼ ਇਹ ਹੁੰਦੀ ਹੈ ਕਿ ਜਿਹੜੇ ਇੰਟਰੋਵਰਟ ਹੁੰਦੇ ਨੇ ਨਾ ਉਹ ਸੋਚ ਸਮਝ ਕੇ ਡਿਸੀਜਨ ਲੈਂਦੇ ਨੇ, ਇਹਨੂੰ ਕਹਿੰਦੇ ਨੇ ਡੂ ਦ ਰਾਈਟ ਥਿੰਗ, ਮਤਲਬ ਸਹੀ ਜਿਹੜਾ ਨਿਰਣੇ ਨੇ ਉਹ ਲੈਂਦੇ ਨੇ, ਫੈਸਲੇ ਲੈ ਜਿਹੜੇ ਹੁੰਦੇ ਨੇ ਸਹੀ ਕਰਦੇ ਨੇ ਉਹ, ਕਿਉਂ ਕਰਦੇ ਨੇ, ਕਿਉਂਕਿ ਇੱਕ ਤਾਂ ਇਹਨਾਂ ਦਾ ਜਿਹੜਾ ਪ੍ਰੀ ਪਰੰਟਲ ਕੋਰਟੈਕਸ ਬ੍ਰੇਨ ਹੈ ਜਿਹੜਾ ਕਿ ਰੈਸ਼ਨਲ ਬ੍ਰੇਨ ਵੀ ਜਿਹਨੂੰ ਕਹਿੰਦੇ, ਜਿਹੜਾ ਕਿ ਸਹੀ ਗਲਤ ਦੀ ਪਛਾਣ ਰੱਖਦਾ ਹੈ, ਉਹ ਵਾਲਾ ਬ੍ਰੇਨ ਇਹਨਾਂ ਦਾ ਜ਼ਿਆਦਾ ਐਕਟਿਵ ਹੁੰਦਾ, ਤੇ ਇਸ ਕਰਕੇ ਜਿਹੜੇ ਇੰਟਰੋਵਰਟ ਲੋਕ ਹੁੰਦੇ ਨੇ ਨਾ ਇਹ ਬਾਹਰਲੀ ਚੀਜ਼ਾਂ ਤੋਂ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦੇ, ਜਿਹੜੇ ਬਾਹਰਲੀ ਦੁਨੀਆ ਹੁੰਦੀ ਹੈ ਨਾ ਉਹ ਉਹਨਾਂ ਨੂੰ, ਅੱਜ ਕੱਲ੍ਹ ਤਾਂ ਦੁਨੀਆ ਜਿਵੇਂ ਮਾਰਕੀਟਿੰਗ ਵਰਲਡ ਹੋ ਗਿਆ, ਹੈ ਨਾ, ਵੀ ਦਿਖਾਵੇ ਦੀ ਦੁਨੀਆ, ਉਹਦੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦੇ ਹੈਗੇ ਉਹ, ਕਿਉਂਕਿ ਉਹਨਾਂ ਦੀ ਦੁਨੀਆ ਅੰਦਰ ਜ਼ਿਆਦਾ ਵਸੀ ਹੁੰਦੀ ਹੈ, ਵੱਡੀ ਦੁਨੀਆ ਉਹਨਾਂ ਦੇ ਅੰਦਰ ਜ਼ਿਆਦਾ ਵਸੀ ਹੁੰਦੀ ਹੈ, ਤਾਂ ਇਸ ਕਰਕੇ ਉਹ ਬਿਨਾਂ ਪ੍ਰਭਾਵ ਦੇ ਡਿਸੀਜਨ ਚੰਗੇ ਤਰੀਕੇ ਨਾਲ ਲੈ ਲੈਂਦੇ ਨੇ, ਉਹਨਾਂ ਨੂੰ ਕੋਈ ਈਜ਼ੀਲੀ ਧੱਕੇ ਨਾਲ ਦੂਜੇ ਪਾਸੇ ਨਹੀਂ ਲੈ ਕੇ ਜਾ ਸਕਦਾ, ਉਹਨਾਂ ਦੇ ਅਗੇਂਸਟ ਵਿਸ਼ਿਸ ਦੇ ਅਗੇਂਸਟ ਨਹੀਂ ਲੈ ਕੇ ਜਾ ਸਕਦਾ, ਤੇ ਸੋਚ ਸਮਝ ਕੇ ਡਿਸੀਜਨ ਲੈਂਦੇ ਨੇ ਬੇਸਿਕਲੀ, ਆਪਾਂ ਇਹ ਕਹਿ ਸਕਦੇ ਹਾਂ ਪ੍ਰੈਸ਼ਰ ਥੱਲੇ ਨਹੀਂ ਆਉਂਦੇ। ਹੁਣ ਤੁਸੀਂ ਜੇ ਪਰਸਨੈਲਿਟੀਜ਼ ਹੀ ਦੇਖੋ, ਤੁਸੀਂ ਦੇਖਿਓ ਕਿ ਇੰਟਰੋਵਰਟ ਪਰਸਨੈਲਿਟੀਜ਼ ਦੀ ਕੰਟਰੋਵਰਸੀਜ਼ ਬਹੁਤ ਘੱਟ ਹੋਣਗੀਆਂ, ਉਹ ਜਿਵੇਂ ਆਪਾਂ ਕਹੀਏ ਸਤਿੰਦਰ ਸਰਤਾਜ ਆ, ਉਹਦਾ ਕਰੀਅਰ ਦੇਖਿਓ, ਸਤਿੰਦਰ ਸਰਤਾਜ ਦਾ ਕਿੰਨਾ ਸਟੇਬਲ ਕਰੀਅਰ ਰਿਹਾ, ਕਿੰਨੀ ਕੁਆਲਿਟੀ ਰਹੀ ਆ,
ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਸਭ ਤੋਂ ਅਮੀਰ ਹੋਊਗਾ, ਪਰ ਆਪਾਂ ਇਹ ਕਹਿ ਸਕਦੇ ਕਿ ਉਹਦੇ ਉਹਦੇ ਦਿਖਦਾ ਕਿ ਉਹਦੀ ਹੈਲਥ, ਉਹਦਾ ਰਿਲੇਸ਼ਨਸ਼ਿਪ, ਉਹਦੇ ਘਰ ਦਾ ਮਾਹੌਲ, ਉਹਦਾ ਸਹਿਜਪਨ, ਮਤਲਬ ਉਹਨੂੰ ਗਰੋਥ ਦਿਖਦੀ ਆ ਸਾਨੂੰ, ਕਿਉਂਕਿ ਇੰਟਰੋਵਰਟ ਦੇ ਡਿਸੀਜਨਸ ਨਾ ਬਹੁਤ ਬਹੁਤ ਚੀਜ਼ਾਂ ਸੋਚ ਕੇ ਲੈਂਦਾ ਇੰਟਰੋਵਰਟ ਡਿਸੀਜਨ, ਮਤਲਬ ਉਹ ਹਰ ਚੀਜ਼ ਨੂੰ ਐਂਗਲ 'ਚ ਰੱਖਦਾ। ਪਰ ਐਕਸਟਰੋਵਰਟ ਜਿਹੜੇ ਹੁੰਦੇ ਨੇ ਇਹ ਨਾ ਬਹਿ ਜਾਂਦੇ ਨੇ, ਕਿਉਂਕਿ ਫਟਾਫਟ ਫਟਾਫਟ ਸਮਾਜ ਦਾ ਕੋਈ ਪ੍ਰੈਸ਼ਰ ਬਣਿਆ ਹੋਇਆ, ਉਸ ਉੱਧਰ ਨੂੰ ਰੁੜ ਗਏ ਇੱਕਦਮ, ਅੰਡਰ ਪ੍ਰੈਸ਼ਰ ਉੱਧਰ ਨੂੰ ਹੀ ਰੁੜ ਗਏ, ਸਭ ਨੇ ਇਹੋ ਜਿਹੇ ਕੱਪੜੇ ਪਾਣੇ, ਉਹਨੇ ਵੀ ਇਹੋ ਜਿਹੇ ਕੱਪੜੇ ਪਾਉਣ ਲੱਗ ਗਏ, ਉਹਦੇ ਪ੍ਰੈਸ਼ਰ ਹੀ ਬਣ ਜਾਂਦਾ ਐਕਸਟਰੋਵਰਟ 'ਤੇ, ਉਹਨੂੰ ਐਕਸੈਪਟ ਹੀ ਨਹੀਂ ਕੀਤਾ ਜਾਂਦਾ ਸਮਾਜ ਦੇ ਵਿੱਚ ਉਸ ਤਰੀਕੇ ਨਾਲ। ਕਿਸੇ ਨੇ ਇਹੋ ਜਿਹਾ ਗਾਣਾ ਕੱਢਤਾ, ਉਹਨੂੰ ਵੀ ਲੱਗਦਾ ਮੈਨੂੰ ਵੀ ਇਹੋ ਜਿਹੀ ਕੱਢਣਾ ਪਊਗਾ, ਕਿਸੇ ਨੇ ਇਹੋ ਜਿਹੀ ਫਿਲਮ ਬਣਾਤੀ, ਉਹਨੂੰ ਵੀ ਲੱਗਦਾ ਮੈਨੂੰ ਵੀ ਇਹੋ ਜਿਹੀ ਫਿਲਮ ਹੀ, ਇਹੋ ਜਿਹੀ ਫਿਲਮ ਹੀ ਚਾਹੀਦੀ ਆ, ਕੋਮੇਡੀ ਚੱਲ ਪਈ ਤਾਂ ਕੋਮੇਡੀ ਜੀ ਭੱਜ ਲੈਂਦੇ ਨੇ ਸਾਰੇ ਲੋਕ। ਅਤੇ ਪਰ ਇੰਟਰੋਵਰਟ ਬਹੁਤ ਸੋਚਦਾ ਸਮਝਦਾ, ਆਪਣੀ ਜਗ੍ਹਾ ਬਣਾਉਂਦਾ, ਫਿਰ ਜਦੋਂ ਉਹ ਐਕਸ਼ਨ ਲੈਂਦਾ ਤਾਂ ਉਹ ਇੰਨਾ ਇੰਨਾ ਵੈਲ ਰਿਸਰਚਡ ਹੁੰਦਾ ਤਾਂ ਕਿ ਉਹਦੀ ਪ੍ਰੋਬੇਬਿਲਿਟੀ ਆਫ ਸਕਸੈਸ ਬਹੁਤ ਹਾਈ ਹੁੰਦੀ ਆ ਉਹਦੀ, ਅਤੇ ਉਹਦੀ ਸਕਸੈਸ ਦੀ ਵੀ ਆਪਣੀ ਡੈਫੀਨੇਸ਼ਨਸ ਹੁੰਦੀਆਂ ਨੇ, ਉਹ ਇਹ ਨਹੀਂ ਮੇ ਬੀ ਆਪਾਂ ਬਾਹਰਲੇ ਲੋਕਾਂ ਨੂੰ ਲੱਗ ਸਕਦਾ ਕਿ ਨਹੀਂ ਯਾਰ ਫਲਾਨਾ ਬੰਦਾ ਬਹੁਤ ਸਕਸੈਸਫੁਲ ਹੈ, ਸਕਸੈਸਫੁਲ ਨਹੀਂ ਹੈਗਾ, ਪਰ ਜੇ ਆਪਾਂ ਉਹਨਾਂ ਦੀ ਓਵਰਆਲ ਲਾਈਫ ਦੇ ਸਾਰੇ ਪੈਰਾਮੀਟਰ ਚੈੱਕ ਕਰੀਏ ਤਾਂ ਇੰਟਰੋਵਰਟ ਇੱਕ ਬੈਟਰ ਪੋਜੀਸ਼ਨ 'ਚ ਹੁੰਦਾ, ਕਿਉਂਕਿ ਉਹ ਸਾਰੇ ਲੋਨਾਂ ਲਾਨਾਂ 'ਚ ਨਹੀਂ ਫਸਦਾ, ਛੇਤੀ ਲੋਨਾਂ ਲਾਨਾਂ 'ਚ ਨਹੀਂ ਫਸਦਾ, ਨਿਕਲ ਜਾਂਦਾ ਜੇ ਕਦੀ ਗਲਤੀ ਵੀ ਹੋ ਗਈ ਲੋਨਸ ਤੋਂ ਬਹੁਤ ਛੇਤੀ ਨਿਕਲ ਆਊਗਾ, ਹੈਂ, ਕਿਉਂਕਿ ਉਹ ਖੜੇ ਪੈਰ ਡਿਸੀਜਨ ਲੈ ਲੈਂਦਾ, ਐਂ ਨਹੀਂ ਕਿ ਉਈ ਗਿਆ ਸੀ ਸ਼ੋਰੂਮ, ਗੱਡੀ ਦਿਖੀ ਤਾਂ ਗੱਡੀ ਚੱਕ ਲਿਆਈ, ਐਂ ਨਹੀਂ ਹੈਗੇ ਉਹ, ਉਹ ਬਹੁਤ ਸੋਚ ਸਮਝ ਕੇ ਪੈਸਾ ਜਦੋਂ ਲਗਾਉਣਾ, ਕੀ ਸਟੈਪ ਲੈਣੇ ਨੇ, ਮੈਂ ਕਿੱਥੇ ਮੂਵ ਕਰਨਾ, ਮੈਂ ਕੀ ਕੱਪੜਾ ਪਾਉਣਾ, ਹਰ ਚੀਜ਼ ਬੜੀ ਸੋਚ ਸਮਝ ਕੇ ਪਲਾਨ ਕਰਕੇ ਲੈਂਦਾ। ਕਈ ਲੋਕ ਇਹਨੂੰ ਕਹਿ ਦਿੰਦੇ ਨੇ ਕਿ ਇਹ ਸਲੋ ਡਿਸੀਜ਼ਨ ਮੇਕਰ ਹੁੰਦੇ ਨੇ, ਉਹ ਸਲੋ ਹੋਣ ਦੇ ਬਾਵਜੂਦ ਵੀ ਉਹ ਬੈਟਰ ਰਹਿ ਜਾਂਦੇ ਨੇ, ਬਿਕੋਜ਼ ਉਹਨਾਂ ਦੀ ਮਿਸਟੇਕਸ ਘੱਟ ਹੁੰਦੀਆਂ ਨੇ, ਤਾਂ ਫਿਰ ਉਹ ਪੈਚ ਵਰਕ ਘੱਟ ਕਰਨਾ ਪੈਂਦਾ, ਉਹਨਾਂ ਨੂੰ ਟਾਕੀਆਂ ਘੱਟ ਲੈਣੀ ਪੈਂਦੀਆਂ ਨੇ, ਜਿਹੜਾ ਆਪਣਾ ਕੰਮ ਕੀਤਾ ਨਾ ਉਹਨਾਂ ਨੇ ਐਕਸ਼ਨ ਲਿੱਤੇ ਨੇ, ਫਲੋ ਬਹੁਤ ਅੱਛਾ ਬਣਦਾ ਉਹਨਾਂ ਦੇ ਐਕਸ਼ਨਸ ਦਾ। ਇਹ ਤਾਂ ਹੋਏ ਆਪਣੇ ਚਾਰ ਟਾਈਪ ਦੇ ਜਿਹੜੇ ਵੱਡੇ ਵੱਡੇ ਆਪਾਂ ਕਹਿੰਦੇ ਗੁਣ ਕਹਿ ਲਓ ਇੰਟਰੋਵਰਟ ਦੇ। ਉਸ ਤੋਂ ਇਲਾਵਾ ਇਹਨਾਂ ਦੇ ਰਿਲੇਟਿਡ ਹੋਰ ਵੀ ਚੀਜ਼ਾਂ ਹੁੰਦੀਆਂ ਨੇ, ਜਿਵੇਂ ਕਿ ਇਹ ਬਹੁਤ ਵਧੀਆ ਲਿਸਨਰ ਹੁੰਦੇ ਨੇ, ਹੈ ਨਾ, ਵੀ ਇਹ ਧਿਆਨ ਲਾ ਕੇ ਚੀਜ਼ਾਂ ਨੂੰ ਸੁਣ ਲੈਂਦੇ ਨੇ, ਜੋ ਤੁਸੀਂ ਕਹਿ ਰਹੇ ਹੋ ਗੱਲ ਪ੍ਰੋਪਰਲੀ ਫੋਕਸ ਕਰਕੇ ਸੁਣਨਗੇ ਉਸ ਗੱਲ ਨੂੰ, ਹੈ ਨਾ, ਵਿੱਚ ਇੰਟਰਪਟ ਨਹੀਂ ਕਰਨਗੇ ਅਤੇ ਉਹਦਾ ਮੀਨਿੰਗ ਕੱਢਣ ਦੀ ਕੋਸ਼ਿਸ਼ ਕਰਨਗੇ ਅਤੇ ਸਲਿਊਸ਼ਨ ਪ੍ਰੋਬਲਮ ਨੂੰ ਸੋਲਵ ਕਰਨ ਦੀ ਗੱਲ ਕਰਨਗੇ ਜਦੋਂ ਵੀ ਕਰਨਗੇ, ਹੈ ਨਾ। ਅਤੇ ਹੋਰ ਹੁੰਦਾ ਹੈ ਕਿ ਇਹ ਬੜੇ ਇੰਡੀਪੈਂਡੈਂਟ ਹੋ ਜਾਂਦੇ ਨੇ, ਛੇਤੀ ਇੰਡੀਪੈਂਡੈਂਟ ਹੋ ਜਾਂਦੇ ਨੇ ਜਿਹੜੇ ਇੰਟਰੋਵਰਟ ਲੋਕ ਹੁੰਦੇ ਨੇ, ਕਿਉਂਕਿ ਇਹਨਾਂ ਨੇ ਸੋਚ ਵਿਚਾਰ ਬਹੁਤ ਕੀਤਾ ਹੁੰਦਾ ਅਤੇ ਦੁਨੀਆਂ ਤੋਂ ਪ੍ਰਭਾਵਿਤ ਘੱਟ ਹੁੰਦੇ ਨੇ ਇਹ, ਤਾਂ ਇਸ ਕਰਕੇ ਆਪਣੇ ਆਪਣੇ ਡਿਸੀਜਨਸ ਆਪ ਲੈਣਾ ਜਲਦੀ ਸਿੱਖ ਲੈਂਦੇ ਨੇ ਇਹ। ਜਿਹੜੇ ਕੌਨਫੀਡੈਂਸ ਹੁੰਦਾ ਇਹਨਾਂ 'ਚ ਕਾਫ਼ੀ, ਕੌਨਫੀਡੈਂਸ ਛੇਤੀ ਬਣ ਜਾਂਦਾ, ਕਿਉਂਕਿ ਜਦੋਂ ਤੁਸੀਂ ਇੰਟਰੋਵਰਜਨ ਦੀ ਰਿਸਰਚ ਇੰਨੀ ਅੱਛੀ ਹੋ ਜਾਂਦੀ ਹੈ ਅਤੇ ਉਹਨੂੰ ਦੋ ਚਾਰ ਵਾਰ ਲੱਗੇ ਕਿ ਮੈਂ ਕੁਛ ਸੋਚਿਆ ਸੀ ਉਹੀ ਹੋਇਆ, ਤਾਂ ਉਹ ਨਾ ਜਿਹੜਾ ਅੰਦਰ ਇੱਕ ਪੈਟਰਨ ਬਣਾਉਣ ਦੀ ਸ਼ਰਮਤਾ ਇਹਦੇ 'ਚ ਹੈਗੀ ਹੈ ਕਿ ਟ੍ਰੈਂਡਸ ਕੈਚ ਕਰਨ ਦੀ, ਪਹਿਲਾਂ ਲੋਕਾਂ ਤੋਂ ਥੋੜ੍ਹਾ ਜਿਹਾ ਅੱਡ, ਜਰਨਲ ਲੋਕਾਂ ਤੋਂ ਥੋੜ੍ਹਾ ਜਿਹਾ ਅੱਡ, ਤਾਂ ਇਹ ਇੱਕ ਦੋ ਵਾਰੀ ਇਹਨੂੰ ਮਿਲ ਗਿਆ ਕਿ ਹਾਂ ਮੇਰੇ 'ਚ ਮੈਂ ਕਿਹਾ ਸੀ ਆਈ ਹੋ ਗਿਆ, ਮੈਂ ਦੇਖਿਆ ਸੀ ਆਈ ਹੋ ਗਿਆ, ਲੋਕਾਂ ਨੇ ਕੁਛ ਹੋਰ ਕਿਹਾ ਮੈਂ ਕੁਛ ਹੋਰ ਕਿਹਾ, ਦੇਖੋ ਆਈ ਹੋ ਗਿਆ, ਤਾਂ ਬੜੀ ਛੇਤੀ ਕੌਨਫੀਡੈਂਸ ਆ ਜਾਂਦਾ ਅਤੇ ਉਹਨੂੰ ਫਿਰ ਉਹਨੂੰ ਰਿਕੁਆਇਰਮੈਂਟ ਨਹੀਂ ਲੱਗਦੀ ਕਿ ਮੈਂ ਫਲਾਨੇ ਤੋਂ ਪੁੱਛਾਂ ਜਾਂ ਫਲਾਨੇ ਨਾਲ ਰਹਾਂ, ਉਹ ਆਪਣੇ ਡਿਸੀਜਨ ਛੇਤੀ ਲੈਣ ਲੱਗ ਜਾਂਦਾ। ਹਾਂ, ਪ੍ਰੋਵਾਈਡਿਡ ਪੇਰੈਂਟਸ ਉਹਦਾ ਪਹਿਲਾਂ ਤੋਂ ਹੀ ਮੋਰਲ ਡਾਊਨ ਨਾ ਕਰ ਦੇਣ, ਮਤਲਬ ਸ਼ੁਰੂ ਤੋਂ ਇਹ ਨਾ ਲੱਗੇ ਕਿ ਮੇਰੇ ਤਾਂ, ਮੈਂ ਤਾਂ ਇੰਟਰੋਵਰਟ ਆ, ਮੇਰੇ ਤਾਂ ਕੋਈ ਪ੍ਰੋਬਲਮ ਹੈ, ਜੇ ਇਹ ਚੀਜ਼ ਨਾ ਹੋਵੇ ਤਾਂ ਫਿਰ ਉਹ 'ਚ ਕੌਨਫੀਡੈਂਸ ਵੀ ਠੀਕ ਤਰੀਕੇ ਨਾਲ ਆ ਜਾਂਦਾ ਹੈ, ਵਧੀਆ ਤਰੀਕੇ ਨਾਲ ਕੌਨਫੀਡੈਂਸ ਆ ਜਾਂਦਾ ਹੈ, ਕੌਨਫੀਡੈਂਸ ਆ ਜਾਂਦਾ। ਤੇ ਹੋਰ ਇਹਨਾਂ ਦੇ ਰਿਲੇਸ਼ਨਸ਼ਿਪਸ ਅੱਛੇ ਹੁੰਦੇ ਨੇ ਐਜ਼ ਕੰਪੇਅਰ ਟੂ ਐਕਸਟਰੋਵਰਟ, ਕਿਉਂਕਿ ਇਹਨਾਂ ਦੇ ਬਹੁਤ ਘੱਟ ਰਿਲੇਸ਼ਨਸ਼ਿਪ ਹੁੰਦੇ ਨੇ, ਪਰ ਜਿੰਨੇ ਵੀ ਹੁੰਦੇ ਨੇ ਬੜੇ ਮੀਨਿੰਗਫੁਲ ਜਿਹੇ ਹੁੰਦੇ ਨੇ ਇਹਨਾਂ ਦੇ ਰਿਲੇਸ਼ਨਸ਼ਿਪ,
ਜਿਹੜੇ ਹੁੰਦੇ ਨੇ, ਤਾਂ ਇਹਨਾਂ ਦੀ ਰਿਲੇਸ਼ਨਸ਼ਿਪ ਬੈਟਰ ਹੋ ਸਕਦੇ ਨੇ। ਤੇ ਆਖਰੀ ਚੀਜ਼, ਰਿਲੇਸ਼ਨਸ਼ਿਪ ਨਾ ਇੱਕ ਵੈਲਿਊਜ਼ ਤੇ ਜ਼ਿਆਦਾ ਨੇ। ਨੋਰਮਲੀ ਆਪਣੇ ਰਿਲੇਸ਼ਨਸ਼ਿਪ ਲੁੱਕਸ ਤੇ ਨੇ, ਬੰਦੇ ਕੋਲ ਗੱਡੀ ਕਿਹੋ ਜਿਹੀ ਆ, ਕੋਠੀ ਕਿਹੋ ਜਿਹੀ ਪਾਈ ਆ, ਕੱਪੜੇ ਕਿਹੋ ਜਿਹੇ ਪਾਉਂਦਾ, ਉਹਦੇ ਸਮਾਜ ਦੇ ਵਿੱਚ ਰੁਤਬਾ ਕਿਹੋ ਜਿਹਾ। ਪਰ ਇਹਨਾਂ ਦੇ ਰਿਲੇਸ਼ਨਸ਼ਿਪ ਜਿਹੜੇ ਹੋਣਗੇ ਉਹ ਮੋਰੈਲਿਟੀ ਤੇ ਹੋਣਗੇ, ਬੰਦੇ ਦੇ ਐਥਿਕਸ ਤੇ ਹੋਣਗੇ। ਤਾਂ ਐਥਿਕਸ ਤੇ ਮੋਰੈਲਿਟੀ ਤੇ ਜਦੋਂ ਸਿਸਟਮ ਚੱਲਦਾ ਤਾਂ ਉਹ ਡੀਪ ਚੱਲਦਾ। ਉਹਦੇ 'ਚ ਲੋਕ ਇਹ ਨਹੀਂ ਦੇਖਣਗੇ ਦਿਨ ਬਦਲਣਗੇ ਤਾਂ ਲੋਕ ਨਹੀਂ ਬਦਲਦੇ ਜਿਹੜੇ ਇਹਨਾਂ ਦੇ ਨਾਲ ਖੜਦੇ ਨੇ। ਅਤੇ ਇਹ ਜ਼ਿਆਦਾ ਫਿਲੋਸਫੀ ਦੇ ਉੱਤੇ ਜ਼ਿਆਦਾ ਧਿਆਨ ਦੇਣਗੇ ਇਹੋ ਜਿਹੇ ਲੋਕ, ਇਨਸਟੈਡ ਆਫ ਕਿ ਉਹਦੀ ਮਟੀਰੀਅਲ ਸਿਸਟਮ ਦੇ ਉੱਤੋਂ, ਮਟੀਰੀਅਲ ਨਾਲੋਂ ਫਿਲੋਸਫੀ, ਫਿਲੋਸਫੀ ਤੇ ਜ਼ਿਆਦਾ ਧਿਆਨ। ਤੇ ਆਖਰੀ ਇਹਨਾਂ ਦੀ ਇੱਕ ਚੀਜ਼ ਮੈਂ ਹੋਰ ਕਹੂੰਗੀ ਕਿ ਨਾ ਇਹ ਕਿਉਂਕਿ ਅੱਗੇ ਵੱਧ ਚੜ ਕੇ ਬਹੁਤ ਨਹੀਂ ਆਉਣਾ ਪਸੰਦ ਕਰਦੇ, ਤਾਂ ਇਹ ਜੇ ਕਿਸੇ ਨੇ ਇਹਨਾਂ ਦੇ ਕੋਈ ਟੀਮ ਦੇ 'ਚ ਕੰਮ ਕਰ ਰਹੇ ਨੇ, ਇਹਨਾਂ ਦਾ ਕੋਈ ਹੋਰ ਕੋਵਰਕਰ ਹੈ ਜਿਹਨੇ ਕੋਈ ਵਧੀਆ ਕੰਮ ਕੀਤਾ, ਤਾਂ ਉਹਨੂੰ ਉਹਦਾ ਨਾ ਕ੍ਰੈਡਿਟ ਨਹੀਂ ਖੋਂਦੇ। ਮਤਲਬ ਹੈਗਾ ਨਾ ਵੀ ਤੁਸੀਂ ਭੱਜ ਕੇ ਜੇ ਕਿਸੇ ਹੋਰ ਨੇ ਕੀਤਾ, ਚੀਟਿੰਗ ਜਿਹਾ ਕਰਕੇ ਆਪਦੇ ਆਪ ਨੂੰ ਮੂਹਰੇ ਕਰ ਲੈਂਦੇ ਹੋ ਕਿ ਮੈਂ ਕੀਤਾ ਟਾਈਪ। ਕਈ ਲੋਕ ਬੜੇ ਸ਼ਾਤਰ, ਆਪਾਂ ਕਹਿੰਦੇ ਨਿਸ਼ਾਨੇ ਹੁੰਦੇ ਨੇ ਇਸ ਤਰੀਕੇ ਦੇ। ਇੰਟਰੋਵਰਟ ਲੋਕ ਤੁਸੀਂ ਏਦਾਂ ਨਹੀਂ ਦੇਖੋਗੇ, ਇੰਟਰੋਵਰਟ ਜਿਹੜੇ ਹੋਣਗੇ ਸਗਾ ਤੇ ਆਪਣਾ ਕੀਤਾ ਵੀ ਦੂਜੇ ਨੂੰ ਦੇ ਕੇ ਖੁਸ਼ ਹੁੰਦੇ ਨੇ, ਉਹ ਦੂਜੇ ਦਾ ਕ੍ਰੈਡਿਟ ਨਹੀਂ ਕੋਈ ਛੇਤੀ ਖੋਂਦੇ। ਇਸ ਕਰਕੇ ਮੋਰਲ ਵੈਲਿਊਜ਼ ਤੁਸੀਂ ਕਹਿ ਲਓ ਉਹਨਾਂ ਦੀਆਂ ਕਾਫੀ ਵਧੀਆ ਨਿਖਰ ਕੇ ਆਉਂਦੀਆਂ ਨੇ, ਤੇ ਸਮਾਜ ਦੇ ਵਿੱਚ ਉਹਨਾਂ ਦੀ ਰਿਸਪੈਕਟ ਜ਼ਿਆਦਾ ਬਣਦੀ ਹੈ, ਕਿਉਂਕਿ ਏਦਾਂ ਖੋਹਾ ਖਾਹੀ 'ਚ ਜ਼ਿਆਦਾ ਉਹ ਵਿਸ਼ਵਾਸ ਨਹੀਂ ਰੱਖਦੇ ਹੁੰਦੇ ਜਿਹੜੇ ਇੰਟਰੋਵਰਟ ਹੁੰਦੇ। ਉਦਘਾਟਨ ਕਰ ਗਿਆ ਹਨਾ, ਆਪਣੇ ਤਾਂ ਇਹੀ ਰੌਲੇ ਚੱਲ ਰਹੇ ਨੇ ਇੰਡੀਆ ਦੇ ਵਿੱਚ ਕਿ ਕਾਂਗਰਸ ਨੇ ਬਣਾਇਆ, ਅਕਾਲੀ ਉਦਘਾਟਨ ਕਰ ਗਏ, ਅਕਾਲੀਆਂ ਤੋਂ ਪਹਿਲਾਂ ਇੱਕ ਦੋ ਦੋ ਵਾਰ ਉਦਘਾਟਨ ਹੋਈ ਜਾ ਰਹੇ ਨੇ ਚੀਜ਼ਾਂ ਦੇ। ਹੈ ਪਰ ਇਹ ਸਾਰੀ ਮਾਰੋ ਮਾਰੀ ਦੇ ਵਿੱਚ ਤੁਸੀਂ ਦੇਖਿਓ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣ ਗਏ। ਤੇ ਮਤਲਬ ਇਹ ਕੀ ਹੁੰਦਾ ਨਾ, ਇੰਟਰੋਵਰਟ ਦੀ ਕੁਆਲਿਟੀ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਇਹ ਨਾ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਜਾਂਦੇ ਨੇ ਇੰਟਰੋਵਰਟ ਫਿਰ, ਤੇ ਇਹਨਾਂ ਤੋਂ ਬਿਨਾਂ ਸਿਸਟਮ ਨਹੀਂ ਰਨ ਕਰਦੇ। ਹੁਣ ਤੁਸੀਂ ਖੁਦ ਦੇਖੋ ਕੰਪਨੀ ਵਾਸਤੇ ਰਿਸਰਚਰ, ਆਪਾਂ ਨੂੰ ਪਤਾ ਵੀ ਨਹੀਂ ਹੋਊਗਾ ਕਿ ਕੰਪਨੀ 'ਚ ਕੌਣ ਰਿਸਰਚ ਕਰ ਰਿਹਾ ਪਿੱਛੇ, ਪਰ ਰਿਸਰਚ ਕਿੰਨੀ ਇੰਪੋਰਟੈਂਟ ਆ। ਕੰਪਨੀ ਦਾ ਪ੍ਰੋਡਕਟ ਹੀ ਰਿਸਰਚ ਤੋਂ ਸ਼ੁਰੂ ਹੋਣਾ, ਜਦੋਂ ਤੱਕ ਰਿਸਰਚ ਹੀ ਨਹੀਂ ਹੋਊਗੀ। ਹੁਣ ਤੁਸੀਂ ਐਜ਼ ਅ ਕੰਪਨੀ 'ਚ ਜੋਬ ਕਰ ਰਹੇ ਹੋ, ਤੁਹਾਡੇ ਪਿੱਛੇ ਵੀ ਪਹਿਲਾਂ ਕੋਈ ਰਿਸਰਚ ਚੱਲ ਰਹੀ ਆ, ਕੋਈ ਰਿਸਰਚਰ ਨੇ ਜੋ ਰਿਸਰਚ ਕਰਦੇ ਨੇ, ਫਿਰ ਉਹ ਪ੍ਰੋਡਕਟ ਬਣਾਉਂਦੇ ਨੇ, ਫਿਰ ਮੈਨੂਫੈਕਚਰਿੰਗ ਹੁੰਦੀ ਆ, ਫਿਰ ਸੇਲਸ, ਮਾਰਕੀਟਿੰਗ ਸਭ ਕੁਝ ਬਾਅਦ 'ਚ ਆਉਂਦਾ। ਤਾਂ ਜਿਹੜੇ ਰਿਸਰਚਰ ਨੇ, ਆਪਾਂ ਜਿਹੜੀ ਸਾਰੀ ਗੱਲਬਾਤ ਹੋਈ ਆ, ਮੈਂ ਇਹਨੂੰ ਕਹਿੰਦਾ ਕਿ ਇੰਡੀਆ ਰਿਸਰਚਰ ਦਾ ਕੰਟਰੀ ਨਹੀਂ ਬਣਿਆ ਇਸੇ ਵਾਸਤੇ ਬਿਕੋਜ਼ ਅਸੀਂ ਇੰਟਰੋਵਰਟ ਦੀ ਇੱਜ਼ਤ ਨਹੀਂ ਕੀਤੀ। ਜਪਾਨ ਜਿਵੇਂ ਸੀਗਾ ਕੰਟਰੀ, ਜਾਂ ਸਵੀਡਨ ਜਿਹੜਾ ਕੰਟਰੀ ਹੈਗਾ, ਜਾਂ ਯੂਰਪ ਦੇ ਮੋਸਟਲੀ ਕੰਟਰੀਜ਼ ਨੇ, ਇਹਨਾਂ ਨੇ ਇੰਟਰੋਵਰਟਸ ਦੀ ਬਹੁਤ ਇੱਜ਼ਤ ਕੀਤੀ, ਤੇ ਉਹਨਾਂ ਨੇ ਕੰਟਰੀ ਦੇ ਵਿੱਚ ਬੱਚੇ ਰਿਸਰਚਰ ਬੜੇ ਵਧੀਆ ਨਿਕਲ ਕੇ ਆਏ ਨੇ। ਤੇ ਜਦੋਂ ਤੱਕ ਰਿਸਰਚਰ ਬੱਚਾ ਨਹੀਂ ਹੋਊਗਾ ਨਾ, ਤੁਹਾਡੀ ਕੋਈ ਇੰਡਸਟਰੀ, ਤੁਹਾਡੀ ਖੇਤੀ, ਤੁਹਾਡਾ ਸਮਾਜ ਅੱਛਾ ਨਹੀਂ ਚੱਲ ਸਕਦਾ। ਆਪਾਂ ਨੂੰ ਰਿਸਰਚਰ ਦੀ ਇੱਜ਼ਤ ਕਰਨੀ ਚਾਹੀਦੀ ਆ। ਤੇ ਹੁਣ ਨਾ ਮੈਂ 2 ਮਿੰਟ ਹੋਰ ਲਾਉਂਗੀ ਇਹਦੇ ਤੇ ਕਿ ਆਪਾਂ ਨੂੰ ਨਾ ਮਾਹੌਲ ਕਿੱਦਾਂ ਦਾ ਦੇਣਾ ਚਾਹੀਦਾ ਇੰਟਰੋਵਰਟ ਨੂੰ, ਕਿਉਂਕਿ ਆਪਾਂ ਬਿਲਕੁਲ ਪੁੱਠਾ ਮਾਹੌਲ ਦਿੰਦੇ ਹਾਂ, ਉਹਨੂੰ ਡਿਸਕਰੇਜ ਕਰਦੇ ਹਾਂ ਵੀ ਕੋਈ ਪ੍ਰੋਬਲਮ ਹੈ। ਉਹਦੇ ਬਦਲੇ ਆਪਾਂ ਨੂੰ ਕੀ ਕਰਨਾ ਚਾਹੀਦਾ, ਜੇ ਆਪਾਂ ਨੂੰ ਪਛਾਣ ਲਿਆ ਵੀ ਆਪਣਾ ਕੋਈ ਫੈਮਿਲੀ ਮੈਂਬਰ ਇੰਟਰੋਵਰਟ ਹੈ, ਬੱਚਾ ਹੋ ਗਿਆ ਜਾਂ ਕੋਈ ਥੋੜ੍ਹਾ ਪਾਰਟਨਰ ਹੋ ਗਿਆ, ਕੋਈ ਵੀ ਹੋ ਗਿਆ ਜੇ ਇੰਟਰੋਵਰਟ ਹੈ, ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਉਹਦੀ ਉਹਨੂੰ ਨਾ ਉਹਦੀ ਬਾਉਂਡਰੀਜ਼ ਨੂੰ ਰਿਸਪੈਕਟ ਕਰੋ। ਮਤਲਬ ਜੇ ਉਹ ਇਕੱਲਾ ਰਹਿਣਾ ਚਾਹੁੰਦਾ ਹੈ, ਇਕੱਲਾ ਸੋਚ ਵਿਚਾਰ ਕਰਨਾ ਚਾਹੁੰਦਾ ਹੈ, ਤਾਂ ਉਹਨੂੰ ਕਰਨ ਦਿਓ। ਉਹਨੂੰ ਤੁਸੀਂ ਬਾਰ ਬਾਰ ਜਾ ਕੇ ਇਹ ਨਾ ਕਹੋ ਵੀ ਕੀ ਹੋ ਗਿਆ ਤੈਨੂੰ, ਤੈਨੂੰ ਡਿਪਰੈਸ਼ਨ ਤਾਂ ਨਹੀਂ ਹੋ ਗਿਆ ਕਿਤੇ, ਤੂੰ ਇਕੱਲਾ ਬੈਠਾ ਹੈ, ਕੀ ਹੋ ਗਿਆ। ਮਤਲਬ ਉਹਨੂੰ ਐਜ਼ ਅ ਬਿਮਾਰੀ ਨਾ ਲਓ, ਤੁਸੀਂ ਉਹਨੂੰ ਉਹਦੀ ਬਾਉਂਡਰੀਜ਼ ਦੀ ਰਿਸਪੈਕਟ ਕਰੋ, ਅਤੇ ਉਹ ਬੰਦੇ ਨੂੰ ਆਪਣੇ ਤਰੀਕੇ ਨਾਲ ਜੇ ਇਕੱਲਾ ਬਹਿਣਾ ਚਾਹੁੰਦਾ ਤਾਂ ਉਹਨੂੰ ਉਹਦਾ ਟਾਈਮ ਦਿਓ, ਰਾਈਟ, ਉਹਦਾ ਉਹਨੂੰ ਸੋਚ ਵਿਚਾਰ ਕਰਨ ਦਿਓ ਇਕੱਲੇ ਨੂੰ, ਹੈ ਨਾ। ਇਹ ਇਹ ਇੱਕ ਚੀਜ਼ ਆ ਜਾਂਦੀ ਹੈ। ਦੂਜੀ ਚੀਜ਼ ਹੈ ਕਿ ਤੁਸੀਂ ਨਾ ਕਮਿਊਨੀਕੇਸ਼ਨ ਕਿਵੇਂ ਕਰਨੀ ਹੈ, ਬੰਦੇ ਨਾਲ ਗੱਲਬਾਤ ਕਿਵੇਂ ਕਰਨੀ ਹੈ। ਉਹ ਜ਼ਰੂਰੀ ਨਹੀਂ ਵੀ ਤੁਸੀਂ
ਉਹਦੇ ਸਾਹਮਣੇ ਬੈਠ ਕੇ ਹੀ ਗੱਲ ਕਰਨੀ ਹੈ, ਵੀ ਤੂੰ ਗੱਲ ਕਰ ਮੇਰੇ ਨਾਲ, ਬੋਲ ਕੇ ਦੱਸ। ਕਮਿਊਨੀਕੇਸ਼ਨ ਦੇ ਹੋਰ ਤਰੀਕੇ ਵੀ ਹੋ ਸਕਦੇ ਨੇ, ਉਹ ਤੁਹਾਨੂੰ ਈਮੇਲ ਵੀ ਲਿਖ ਸਕਦਾ, ਤੁਹਾਨੂੰ ਮੈਸੇਜ ਵੀ ਕਰ ਸਕਦਾ ਹੈ ਨਾ, ਵੀ ਉਹਨੂੰ ਤੁਸੀਂ ਮੈਸੇਜ 'ਤੇ ਵੀ ਸਮਝਾ ਸਕਦੇ ਹੋ, ਕੋਈ ਚੀਜ਼ ਦੱਸ ਸਕਦੇ ਹੋ, ਜਾਂ ਬਹੁਤ ਸ਼ੋਰਟ ਤਰੀਕੇ ਨਾਲ ਟੂ ਦਾ ਪੁਆਇੰਟ ਗੱਲ ਕਰਨਾ ਚਾਹੁੰਦਾ ਤਾਂ ਟੂ ਦਾ ਪੁਆਇੰਟ ਗੱਲ ਕਰੋ, ਲੰਬੀਆਂ ਲੰਬੀਆਂ ਗੱਲਾਂ ਨਾ ਕਰੋ ਉਹਦੇ ਨਾਲ, ਅਤੇ ਉਹਨੂੰ ਫਿਰ ਉਹੀ ਗੱਲ ਨਾ ਕਹੋ ਵੀ ਤੂੰ ਤਾਂ ਬਹੁਤ ਘੱਟ ਗੱਲ ਕਰਦਾ, ਤੂੰ ਤਾਂ ਬੋਲਦਾ ਹੀ ਘੱਟ ਹੈ, ਕਰਕੇ ਉਸ ਤਰੀਕੇ ਨਾਲ ਉਹਨੂੰ ਟੋਕੋ ਨਾ ਬਾਰ ਬਾਰ। ਜੇ ਉਹਦਾ ਮੋਡ ਆਫ ਕਮਿਊਨੀਕੇਸ਼ਨ ਜੋ ਵੀ ਪ੍ਰੈਫਰ ਕਰਦਾ ਉਹ ਇੰਟਰੋਵਰਟ ਬੰਦਾ, ਤੁਸੀਂ ਉਹਦੇ ਵਿੱਚ ਹੀ ਢਲਣ ਦੀ ਕੋਸ਼ਿਸ਼ ਕਰੋ ਵੀ ਹਾਂ ਇਸ ਬੰਦੇ ਨਾਲ ਮੈਂ ਇਸ ਤਰੀਕੇ ਨਾਲ ਕਮਿਊਨੀਕੇਸ਼ਨ ਕਰਨੀ ਹੈ। ਇਹ ਹੋ ਗਿਆ, ਅਤੇ ਹੋਰ ਕੀ ਹੋਇਆ ਕਿ ਪ੍ਰਾਈਵੇਸੀ ਦਿਓ ਉਹਨੂੰ, ਜੇ ਉਹ ਪ੍ਰਾਈਵੇਸੀ ਮੰਗਦਾ ਤਾਂ ਉਹਦੀ ਪ੍ਰਾਈਵੇਸੀ ਦੀ ਵੀ ਰਿਸਪੈਕਟ ਕਰੋ। ਕਈ ਲੋਕ ਜਿਵੇਂ ਜਾਣਗੇ ਕਿਤੇ ਤਾਂ ਉਹ ਕਹੂਗਾ ਕਿ ਮੈਂ ਹੋਟਲ ਦਾ ਕਮਰਾ ਅਲੱਗ ਲਿੱਤਾ, ਉਹਨੇ ਅਲੱਗ ਲਿੱਤਾ। ਕਈ ਲੋਕ ਕਹਿਣਗੇ ਕਿ ਨਹੀਂ ਆਪਾਂ ਇਕੱਠੇ ਲੈ ਲੈਂਦੇ ਹਾਂ, ਤੇ ਇਹਨੂੰ ਨਾ ਬੜਾ ਨੈਗੇਟਿਵ ਵਾਂਗੂ ਲਿੱਤਾ ਜਾਂਦਾ ਲੋਕਾਂ ਵੱਲੋਂ। ਪਰ ਇਹ ਜਿਹੜੀ ਚੀਜ਼ ਹੈ ਨਾ ਪ੍ਰਾਈਵੇਸੀ, ਕਈ ਲੋਕ ਗਰੁੱਪ ਦੇ ਵਿੱਚ ਨਹੀਂ, ਮੀਟਿੰਗ 'ਚ ਨਹੀਂ ਆਉਂਦੇ, ਕਿਤੇ ਬੁਲਾਇਆ ਜਾਵੇ ਉੱਥੇ ਜ਼ਿਆਦਾ ਨਹੀਂ ਆਉਂਦੇ, ਅਤੇ ਇਹਨੂੰ ਇਹਨੂੰ ਨਾ ਆਪਣਾ ਸਮਾਜ ਬੜਾ ਨੈਗੇਟਿਵਲੀ ਲੈਂਦਾ ਇਹ ਚੀਜ਼ਾਂ ਨੂੰ। ਪਰ ਇਹ ਹੁਣ ਸਾਈਕੋਲੋਜੀਕਲ ਰਿਕੁਆਇਰਮੈਂਟ ਨੇ ਕਈ ਲੋਕਾਂ ਦੀ। ਆਪਾਂ ਕਹਿ ਦਿੰਦੇ ਹਾਂ ਬੜਾ ਬਈ ਔਕੜ ਕੰਨਾ, ਇਹਨੂੰ ਤਾਂ ਅੱਡ ਹੋਟਲ ਦਾ ਕਮਰਾ ਚਾਹੀਦਾ, ਹਨਾ, ਬੜਾ ਔਕੜ ਕੰਨਾ, ਇਹਨੂੰ ਤਾਂ ਅੱਡ ਬੈਡਰੂਮ ਚਾਹੀਦਾ। ਬੱਚੇ ਕਹਿਣ ਲੱਗ ਜਾਂਦੇ ਨੇ ਕਿ ਸਾਨੂੰ ਅਲੱਗ ਬੈਡਰੂਮ ਦਿਓ, ਆਪਾਂ ਬੜਾ ਉਹ ਲੈ, ਨਵੇਂ ਆ ਗਏ, ਨਵੇਂ ਜ਼ਮਾਨੇ ਦੇ ਬੱਚੇ ਆ ਗਏ, ਅੱਡ ਬੈਡਰੂਮ ਚਾਹੀਦਾ ਇਹਨਾਂ ਨੂੰ, ਸਾਰਿਆਂ ਨੂੰ, ਆਪਾਂ ਇਹ ਨਾ ਕਹਿਣ ਲੱਗ ਜਾਂਦੇ ਹਾਂ। ਤੇ ਪਰ ਇਹ ਹੁਣ ਸਮਝ ਆ ਰਿਹਾ ਸਾਈਕੋਲੋਜੀ ਦੇ ਥਰੂ ਕਿ ਇਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਚੀਜ਼ਾਂ ਦੀ, ਤੇ ਜੇ ਤੁਸੀਂ ਇਹਨਾਂ ਨੂੰ ਪ੍ਰਾਈਵੇਟ ਸਪੇਸਿਸ ਦਵੋਗੇ ਇਹ ਮੋਰ ਰਿਸਪੋਂਸੀਬਲ ਰਹਿਣਗੇ, ਤੇ ਇਹਨਾਂ ਦਾ ਬ੍ਰੇਨ ਅੱਛਾ ਵਰਕ ਕਰੂਗਾ, ਤੇ ਤੁਹਾਨੂੰ ਇਹਦਾ ਫਾਇਦਾ ਹੋਊਗਾ, ਇਹ ਨੁਕਸਾਨ ਨਹੀਂ ਹੋਊਗਾ ਇਹ ਚੀਜ਼ਾਂ ਦਾ। ਚਲੋ, ਇਹ ਮੈਂ ਆਪਾਂ ਜੋ ਡਿਸਕਸ ਕਰਨਾ ਚਾਹੁੰਦੇ ਸੀਗੇ ਇੰਟਰੋਵਰਟਸ ਦੇ ਬਾਰੇ, ਤੇ ਆਪਾਂ ਵਧੀਆ ਡਿਸਕਸ਼ਨ ਕੀਤੀ। ਕੋਈ ਹੋਰ ਪੁਆਇੰਟ ਛੁੱਟ ਗਿਆ ਹੋਵੇ ਮੋਹਨਜੀਤ? ਮੈਂ ਮੋਟਾ ਮੋਟਾ ਇਹ ਕਹਿਣਾ ਕਿ ਐਕਸਟ੍ਰੋਵਰਟ ਇੰਟਰੋਵਰਟ ਦੋਨੋਂ ਤੁਹਾਡੇ ਪਾਰਟ ਨੇ। ਐਕਸਟ੍ਰੋਵਰਟ ਦਾ ਸਮਾਜ ਨੂੰ ਸਮਾਜਿਕ ਤੌਰ 'ਤੇ ਉਹਨਾਂ ਨੂੰ ਇੱਕ ਐਡਵਾਂਟੇਜ ਰਿਹਾ ਆਪਣੇ ਟਾਈਮ ਦੇ ਵਿੱਚ, ਹੁਣ ਪਿਛਲੇ ਲਾ ਲਓ ਜਦੋਂ ਇੰਡਸਟਰੀਅਲ ਰੈਵੋਲਿਊਸ਼ਨ ਇੰਡੀਆ ਦੇ ਵਿੱਚ ਹੋ ਰਹੀ ਆ ਜਾਂ ਵਰਲਡ ਵਾਈਡ ਹੋ ਰਹੀ ਆ ਤੇ ਪਰ ਇੰਟਰੋਵਰਟ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਚਲਾਹ ਉਹ ਵੀ ਰਹੇ ਨੇ, ਪਾਰਟਿਸਪੇਟ ਆਈਨਸਟਾਈਨ ਵਰਗਿਆਂ ਨੇ ਵੀ ਕੀਤਾ, ਕਾਲਯੁੰਗ ਵਰਗਿਆਂ ਨੇ ਵੀ ਕੀਤਾ, ਅੱਜ ਵੀ ਪਤਾ ਨਹੀਂ ਕਿੰਨੇ ਕੁ ਕੰਪਨੀਆਂ ਦੇ ਵਿੱਚ ਇੰਟਰੋਵਰਟ ਚੱਲ ਰਹੇ ਨੇ, ਸਾਰੀ ਬਾਲੀਵੁੱਡ ਦੀ ਸਕ੍ਰਿਪਟਾਂ ਲਿਖੀ ਜਾ ਰਹੀਆਂ ਹੋਣਗੀਆਂ, ਹੋਰ ਵੀ ਚੱਲੇ ਤਾਂ ਵੱਡੀਆਂ ਗੱਲਾਂ ਨੇ, ਜਰਨਲ ਲੋਕਾਂ ਦੇ ਵਿੱਚ ਵੀ ਇੰਟਰੋਵਰਜਨ ਕਰ ਰਹੇ ਨੇ, ਉਹ ਦਿਖਦੇ ਨਹੀਂ ਹੁੰਦੇ, ਸਾਹਮਣੇ ਉੱਭਰ ਕੇ ਨਹੀਂ ਆ ਰਹੇ ਹੁੰਦੇ। ਇਸ ਵਾਸਤੇ ਸਾਡੇ ਸਮਾਜ ਦਾ ਇੱਕ ਜਰਨਲ ਇੱਕ ਪਰਸੈਪਸ਼ਨ ਬਣਾ ਲਿਆ ਸੀ ਕਿ ਐਕਸਟ੍ਰੋਵਰਟ ਠੀਕ ਹੈ, ਇੰਟਰੋਵਰਟ ਬਿਮਾਰੀ ਆ, ਤਾਂ ਇੰਟਰੋਵਰਟ ਕੋਈ ਬਿਮਾਰੀ ਨਹੀਂ ਹੈਗੀ। ਤੁਸੀਂ ਇੰਟਰੋਵਰਟ ਨੂੰ ਵੀ ਉਵੇਂ ਰਿਸਪੈਕਟ ਦਿਓ ਜਿਵੇਂ ਐਕਸਟ੍ਰੋਵਰਟ ਨੂੰ ਦਿੰਦੇ ਹੋ, ਤੇ ਤੁਸੀਂ ਦੇਖਿਓ ਕਿ ਹਾਂ ਦੇਖਿਓ ਕਿ ਇਹਨਾਂ ਇਹ ਲੋਕ ਵੀ ਸ਼ਾਇਦ ਜਿਵੇਂ ਤੁਸੀਂ ਚਾਹੁੰਦੇ ਹੋ ਉਵੇਂ ਨਾ ਕੰਮ ਕਰਨ, ਪਰ ਇਹ ਆਪਣਾ ਲਾਈਫ ਵਧੀਆ ਕੱਟ ਜਾਂਦੇ ਨੇ, ਕੰਟਰੀਬਿਊਟ ਵੀ ਕਰਦੇ ਨੇ ਸਮਾਜ ਦੇ ਵਿੱਚ, ਕੰਟਰੀਬਿਊਟ ਕਰਦੇ ਨੇ, ਕੁਆਲਿਟੀ ਰਨ ਕਰਦੇ ਨੇ ਸਿਸਟਮ। ਹਾਂ ਹਾਂ, ਪਰ ਜਿਵੇਂ ਅਸੀਂ ਚਾਹੁੰਦੇ ਹਾਂ ਐਜ਼ ਅ ਐਕਸਟ੍ਰੋਵਰਟ ਨੂੰ ਲੱਗਦਾ ਯਾਰ ਯਾਰ ਇਹ ਪਾਰਟੀ 'ਚ ਕਿਉਂ ਨਹੀਂ ਆ ਰਿਹਾ, ਇਹ ਵਿਆਹ 'ਤੇ ਕਿਉਂ ਨਹੀਂ ਆ ਰਿਹਾ, ਹੈ ਨਾ, ਮਤਲਬ ਉਹਦਾ ਉਹਦੀ ਪ੍ਰੋਬਲਮ ਹੈ ਐਕਸਟ੍ਰੋਵਰਟ ਦੀ, ਉਹ ਇੰਟਰੋਵਰਟ ਦੀ ਪ੍ਰੋਬਲਮ ਨਹੀਂ ਹੈਗੀ। ਐਕਸਟ੍ਰੋਵਰਟ ਇੱਕ ਐਕਸਟ੍ਰੋਵਰਟ ਨਾਲ ਮਿਲੇ, ਉਹਦੇ ਨਾਲ ਪਾਰਟੀਆਂ ਕਰੇ, ਇੰਟਰੋਵਰਟ ਨੂੰ ਇਨਵਾਈਟ ਕਰੇ, ਜੇ ਉਹ ਆਉਂਦਾ ਤਾਂ ਵੈਲ ਐਂਡ ਗੁੱਡ, ਨਹੀਂ ਆਉਂਦਾ ਤਾਂ ਕੋਈ ਮਾਇੰਡ ਨਾ ਕਰੇ ਕਿ ਭਾਈ ਉਹ ਆਉਂਦਾ ਕਿਉਂ ਨਹੀਂ, ਕੋਈ ਪ੍ਰੋਬਲਮ ਆਏ ਨਾ ਮੰਨੇ, ਆਹ ਨਾ ਸਮਝੇ ਕਿ ਕੋਈ ਬੰਦਾ ਕਿਉਂ ਨਹੀਂ ਪਾਰਟੀਆਂ 'ਚ ਆਉਂਦਾ, ਕੋਈ ਬੰਦਾ ਉਈ ਆ ਕੇ ਬਹਿੰਦਾ ਕਿਉਂ ਨਹੀਂ, ਜਿਵੇਂ ਅਸੀਂ ਮਦਰ ਨੂੰ ਪ੍ਰੈਸ਼ਰ ਕਰੀ ਜਾਂਦੇ ਸੀ ਤੁਸੀਂ ਪਾਰਕ 'ਚ ਜਾ ਕੇ ਲੇਡੀਜ਼ ਨਾਲ ਨਹੀਂ ਬਹਿੰਦੀ, ਹੈਨਾ, ਤਾਂ ਮਦਰ ਨੂੰ ਨਹੀਂ ਅੱਛਾ ਲੱਗਦਾ ਸੀਗਾ ਕਿ ਸਾਨੂੰ ਵੀ ਨਹੀਂ ਪਤਾ ਸੀ ਉਸ ਟਾਈਮ 'ਤੇ ਤਾਂ, ਪਰ ਹੁਣ ਜਦੋਂ ਸਮਝ ਆ ਗਿਆ ਕਿ ਨਹੀਂ ਇਹਨਾਂ ਦੇ ਵਿੱਚ ਆਪਣੀਆਂ ਖੂਬੀਆਂ ਨੇ, ਤਾਂ ਇਹਨਾਂ ਨੂੰ ਪ੍ਰੈਸ਼ਰਾਈਜ਼ ਨਾ ਕਰੋ,
ਤੇ ਠੀਕ ਆ ਵਧੀਆ ਫਸਟ ਕਲਾਸ ਆ, ਕੋਈ ਬਿਮਾਰੀ ਨਹੀਂ ਹੈਗੀ, ਚੰਗੇ ਭਲੇ ਨੇ। ਆਪਾਂ ਉਹੀ ਸੋਚੀ ਜਾਂਦੇ ਸੀਗੇ ਕਿ ਪਬਲਿਕ ਨਹੀਂ ਹੈਗਾ, ਲੋਕਾਂ ਦੇ ਵਿੱਚ ਉੱਠਦੇ ਬੈਠਦੇ ਨਹੀਂ ਜ਼ਿਆਦਾ ਜਾ ਕੇ, ਧੱਕਾ ਨਾ ਕਰੀ ਆਪਾਂ। ਚਲੋ ਜੀ ਠੀਕ ਹੈ ਫਿਰ, ਆਪਾਂ ਫਿਰ ਹੋਰ ਕੋਈ ਟੋਪਿਕ ਲੈ ਕੇ ਆਵਾਂਗੇ ਜੀ, ਅਤੇ ਫਿਰ ਆਪਾਂ ਦਰਸ਼ਕਾਂ ਤੋਂ ਇੱਕ ਵਾਰ ਫਿਰ ਕਹਾਂਗੇ ਵੀ ਤੁਸੀਂ ਵੀ ਆਪਣੇ ਕਮੈਂਟ ਕਰਕੇ ਦੱਸੋ ਤੁਹਾਡੀ ਕੋਈ ਸੋਚ ਇੰਟਰੋਵਰਟ ਦੇ ਰਿਲੇਟਡ ਜੇ ਕੋਈ ਹੈਗੀ ਹੈ। ਬਹੁਤ ਸਾਰੇ ਲੋਕਾਂ ਨੇ ਆਪਾਂ ਨੂੰ ਫੋਨ ਵੀ ਕੀਤੇ ਨੇ ਉਦੋਂ ਜਦੋਂ ਆਪਾਂ ਸੀਰੀਜ਼ ਕੀਤੀ ਸੀਗੀ ਸਾਈਕੋਲੋਜੀ ਦੀਆਂ, ਮੋਸਟਲੀ ਇੰਟਰੋਵਰਟ ਲੋਕਾਂ ਦੇ ਰਿਲੇਟਡ ਹੀ ਲੋਕਾਂ ਨੇ ਥੋੜ੍ਹੇ ਇਸ਼ੂਜ਼ ਆਪਣੇ ਨਾਲ ਸ਼ੇਅਰ ਕੀਤੇ ਨੇ, ਅਤੇ ਕਮੈਂਟਸ ਵਿੱਚ ਪਾ ਕੇ ਦੱਸੋ ਅਤੇ ਆਪਾਂ ਫਿਰ ਹੋਰ ਹੋਰ ਗੱਲਬਾਤ ਜਾਰੀ ਰੱਖਾਂਗੇ ਸਬਜੈਕਟ 'ਤੇ। ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਚੰਗਾ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।